ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹਦੇ ਵਿੱਚ ਆਪਾਂ ਹਮੇਸ਼ਾ ਦੀ ਤਰ੍ਹਾਂ ਕਰਾਂਗੇ ਗੱਲਾਂ ਬਾਤਾਂ, ਨਾਲ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਤੁਹਾਡੀਆਂ ਕਾਲਾਂ ਵੀ ਜ਼ਰੂਰ ਜਿਹੜੀਆਂ ਉਹ ਲਵਾਂਗੇ। ਗੱਲ ਕਰੀਏ ਪਹਿਲਾਂ, ਜਿਵੇਂ ਅੱਜ ਦਾ ਮੁੱਦਾ ਦੇ ਵਿੱਚ ਸੁਰਿੰਦਰ ਸਿੰਘ ਜੀ ਹੁਣਾਂ ਨੇ ਦੱਸਿਆ ਕਿ ਟਰੰਪ ਸਾਹਿਬ ਨੇ ਤਾਜ਼ੀ ਮੀਟਿੰਗ ਕਰਕੇ, ਕੋਈ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਮੈਰੀਕਾ ਵਾਸਤੇ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਇੱਕ ਮਹੀਨੇ ਵਾਸਤੇ। ਉੱਥੇ ਨਾਲ ਲੱਗਦੀ ਜਿਹੜੀ ਇੰਡੀਆ ਦੀ ਖਬਰ ਹੈਗੀ ਆ ਉਹ ਇਹ ਸੀ ਕਿ 13 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਇੰਡੀਆ ਦੇ ਵਿੱਚ ਵੀ ਵਿਦੇਸ਼ੀ ਵੀਜ਼ੇ ਸਾਰੇ ਰੱਦ ਕਰ ਦਿੱਤੇ ਗਏ ਨੇ, ਔਰ ਜੇ ਜਾਣਾ ਚਾਹੁੰਦੇ ਕੋਈ ਵਿਆਹ ਸ਼ਾਦੀ ਹੈਗੀ ਆ, ਕੋਈ ਜ਼ਰੂਰੀ ਕੰਮ ਹੈ, ਉਹ ਤੁਹਾਨੂੰ ਟਾਲ ਦੇਣਾ ਹੀ ਬਿਹਤਰ ਹੋਏਗਾ। ਸੋ ਬਹੁਤ ਧਿਆਨ ਰੱਖਣਾ ਪਏਗਾ, ਕਾਫੀ ਜ਼ਿਆਦਾ ਜ਼ੋਰ ਜਿਹੜਾ ਕੋਰੋਨਾ ਵਾਇਰਸ ਦਾ ਹੈਗਾ, ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤ ਜਲਦੀ ਇਹ ਖਤਮ ਹੋ ਸਕਦਾ, ਹੁੰਦਾ ਨਹੀਂ ਹੁੰਦਾ ਇਹ ਸਮਾਂ ਦੱਸੇਗਾ। ਜੀ, ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਹਮੇਸ਼ਾ ਤੁਹਾਡੇ ਨਾਲ ਕੋਈ ਨਾ ਕੋਈ ਗੱਲਬਾਤ ਕਰਕੇ ਵਿਸ਼ਾ ਵਸਤੂ ਲੈ ਕੇ ਫਿਰ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਅਤੇ ਅੱਜ ਹੁੰਦਾ ਜਿਵੇਂ ਅਸੀਂ ਗੱਲ ਕਰੀਏ ਮੇਲ ਬਾਕਸ, ਸੁਨੇਹੇ ਸੱਜਣਾਂ ਦੇ ਵੀ ਮੈਂ ਇਸ ਸੈਗਮੈਂਟ ਨੂੰ ਨਾਮ ਦਿੱਤਾ ਹੋਇਆ, ਔਰ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਪੁੱਛੇ ਗਏ ਸਵਾਲ ਜਾਂ ਕੋਈ ਈਮੇਲ ਦੁਆਰਾ ਪੁੱਛੇ ਗਏ ਜਾਂ ਜਦੋਂ ਮੈਂ ਮਿਲਦਾ ਕਿਤੇ ਉਦੋਂ ਪੁੱਛੇ ਗਏ ਸਵਾਲ ਜਿਹੜੇ ਉਹਨਾਂ ਦੇ ਜਵਾਬ ਜਿਹੜੇ ਆ ਉਹ ਫਨੀ ਤਰੀਕੇ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਸਭ ਤੋਂ ਪਹਿਲਾਂ ਸਵਾਲ ਲੈਂਦੇ ਹਾਂ ਜੀ, ਇਹ ਹੈਗੇ ਨੇ ਜੀ ਸੰਤੋਖ ਸਿੰਘ ਸੰਧੂ ਮੰਟੀਕਾ ਤੋਂ। ਉਹ ਕਹਿੰਦੇ ਜੀ ਪੰਜਾਬ ਵਿੱਚ ਪਹਿਲਾਂ ਇੱਕ ਦੇਖਦੇ ਹੁੰਦੇ ਸੀ ਅਸੀਂ ਜਦੋਂ ਕਾਫੀ ਦੇਰ ਪਹਿਲਾਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਕਿ ਉਦੋਂ 108 ਨੰਬਰ ਵਾਲੀ ਐਂਬੂਲੈਂਸ ਚੱਲਦੀ ਹੁੰਦੀ ਸੀ। ਹਾਂਜੀ, ਬਾਦਲ ਸਾਹਿਬ ਦੀ ਫੋਟੋ ਵਾਲੀ ਚੱਲਦੀ ਹੁੰਦੀ ਸੀ, ਕਿ ਉਹ ਟਾਈਮ ਸਿਰ ਪਹੁੰਚ ਜਾਂਦੀ ਸੀ ਜਾਂ ਫਿਰ ਲੋਕਾਂ ਦੇ ਕੰਮ ਨਹੀਂ ਆਉਂਦੀ ਸੀ? ਹੈਂ, ਇਹ ਕੀ ਸਵਾਲ ਹੋਇਆ ਜੀ? ਦੇਖੋ ਜੀ, ਇਹ ਤਾਂ ਦੇਖੋ ਟਾਈਮ ਸਿਰ ਪਹੁੰਚਦੀ, ਮੈਂ ਤਾਂ ਕਦੇ ਬੁਲਾਇਆ ਨਹੀਂ ਹੈਗਾ ਉਸ ਐਂਬੂਲੈਂਸ ਨੂੰ, ਵੈਸੇ ਜੇ ਐਂਬੂਲੈਂਸ ਹੈਗੀ ਤਾਂ ਟਾਈਮ ਸਿਰ ਪਹੁੰਚਦੀ ਹੋਏਗੀ, ਮੈਂ ਕਦੇ ਇਹੋ ਜਿਹੀ ਸ਼ਿਕਾਇਤ ਨਹੀਂ ਸੁਣੀ। ਮੈਨੂੰ ਲੱਗਦਾ ਤੁਸੀਂ ਬਾਦਲ ਸਾਹਿਬ ਦੀ ਫੋਟੋ ਲੱਗੀ ਕਰਕੇ ਇਹ ਸਵਾਲ ਕੀਤਾ, ਪਰ ਇਹ ਜਿਹੜੀ ਹੈ ਉਹ ਐਂਬੂਲੈਂਸ ਬਿਲਕੁਲ ਟਾਈਮ ਸਿਰ ਪਹੁੰਚਦੀ ਸੀ, ਅਤੇ ਐਂਬੂਲੈਂਸ ਜਿਹੜੀ ਹੈ ਟਾਈਮ ਸਿਰ ਹੀ ਪਹੁੰਚਦੀ ਹੁੰਦੀ ਜੀ। ਐਂਬੂਲੈਂਸ ਦਾ ਕੰਮ ਹੀ ਇਹ ਹੈ, ਉਹ ਵੱਖਰੀ ਗੱਲ ਹੈ ਵੀ ਪੰਜਾਬ ਦੀ ਗੱਲ ਕਰੀਏ ਜਾਂ ਉਹਦੀ ਗੱਲ ਕਰੀਏ, ਐਂਬੂਲੈਂਸ ਦੀ ਕਰ ਲਈਏ, ਪੁਲਿਸ ਦੀ ਕਰ ਲਈਏ, ਤਾਂ ਉਹ ਕਦੇ ਕਹਿੰਦੇ ਵੀ ਟਾਈਮ ਸਿਰ ਪਹੁੰਚਦੀ ਨਹੀਂ। ਹੁਣ ਸ਼ਾਇਦ ਸੁਧਰ ਗਈ ਹੋਵੇ, ਅਤੇ ਉਦੋਂ ਵੀ ਅਕਸਰ ਅਸੀਂ ਕੈਸਟਾਂ ਦੇ ਵਿੱਚ ਵੀ ਇਹ ਗੱਲ ਕਰਦੇ ਰਹੀ ਦੱਸੀ, ਐਂਬੂਲੈਂਸ ਕਈ ਵਾਰੀ ਬਣਾਉਣ ਲੱਗਾ ਬੰਦਾ ਵੀ ਨਹੀਂ ਸੋਚਦਾ ਵੀ ਚਾਹੀਦੀ ਹੈ ਕਿ ਨਹੀਂ ਚਾਹੀਦੀ। ਇਹ ਵੀ ਪੰਜਾਬ ਦੀ ਉਹੀ ਖਬਰ ਇੱਕ ਹੈਗੀ ਹੈ ਜੀ, ਕਿਸੇ ਜਨਾਨੀ ਨੇ ਫੋਨ ਕੀਤਾ 108 ਨੰਬਰ 'ਤੇ ਵੀ ਜਲਦੀ ਜਲਦੀ ਐਂਬੂਲੈਂਸ ਭੇਜੋ, ਮੇਰਾ ਪੈਰ ਸੁੱਜ ਗਿਆ। ਅੱਗੇ ਉਹ 108 ਵਾਲੇ ਕਹਿੰਦੇ ਜੀ ਤੁਹਾਡੇ ਪੈਰ 'ਤੇ ਸੱਟ ਵੱਜੀ ਹੈ, ਪੈਰ ਸੁੱਜ ਗਿਆ, ਕੋਈ ਮੋਜ ਆਈ ਹੋਊਗੀ, ਇਹਦੇ 'ਚ ਐਂਬੂਲੈਂਸ ਦੀ ਕੀ ਲੋੜ ਹੈ? ਕਹਿੰਦੀ ਨਹੀਂ ਜੀ, ਲੋੜ ਹੈ, ਤੁਹਾਨੂੰ ਨਹੀਂ ਪਤਾ, ਅਤੇ ਉਹ ਕਹਿੰਦੇ ਫਿਰ ਦੱਸ ਦਿਓ ਨਹੀਂ ਪਤਾ ਤਾਂ। ਕਹਿੰਦੀ ਲੋੜ ਹੈਗੀ ਹੈ ਜੀ, ਅਸਲ 'ਚ ਮੇਰੇ ਘਰ ਵਾਲੇ ਨੂੰ ਕੋਲ ਖੜ ਕੇ ਨਹੀਂ ਹੱਸਣਾ ਚਾਹੀਦਾ ਸੀ। ਉਹ ਕਹਿੰਦੇ ਵੀ ਭੈਣ ਜੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ, ਤੁਹਾਡੇ ਘਰ ਨੂੰ ਨਹੀਂ ਹੱਸਣਾ ਚਾਹੀਦਾ, ਤੁਹਾਡੇ ਪੈਰ ਨੂੰ ਮੋਚ ਆਈ ਹੈ, ਐਂਬੂਲੈਂਸ ਚਾਹੀਦੀ ਹੈ, ਹੈ ਗੱਲ ਕੀ ਅਸਲ ਦੇ ਵਿੱਚ? ਕਹਿੰਦੀ ਵੀ ਮੈਂ ਬਾਜ਼ਾਰੋਂ ਸਮਾਨ ਲੈ ਕੇ ਆਈ ਸੀਗੀ, ਅਤੇ ਕੇਟਲੀ ਮੈਂ ਇੱਕ ਨਵੀਂ ਖਰੀਦ ਕੇ ਲਿਆਈ ਸੀ, ਅਤੇ ਜਦੋਂ ਮੈਂ ਘਰ ਵੜੀ ਤਾਂ ਮੇਰੇ ਘਰ ਵਾਲਾ ਨਾਲੇ ਹੱਸ ਪਿਆ, ਅਤੇ ਨਾਲੇ ਕਹਿੰਦਾ ਆਪਦੇ ਮੂੰਹ ਵਰਗੀ ਕੇਟਲੀ ਖਰੀਦ ਲਿਆਈ ਆ, ਅਤੇ ਹੁਣ ਕੇਟਲੀ ਜਿਹੜੀ ਉਹੀ ਉਹਦੇ ਮੱਥੇ 'ਚ ਵੱਜੀ ਆ, ਉਹ ਬੇਹੋਸ਼ ਪਿਆ, ਅਤੇ ਮੇਰਾ ਪੈਰ ਸੁੱਜ ਰਿਹਾ, ਤੁਸੀਂ ਫਟਾਫਟ ਆ ਜਾਓ। ਸੋ ਐਂਬੂਲੈਂਸ ਜਿਹੜੀ ਹੈ, ਐਂਬੂਲੈਂਸ ਜਿਹੜੀ ਪੰਜਾਬ ਦੀ ਐਂਬੂਲੈਂਸ ਦੀ ਗੱਲ ਕਰਦੇ ਹੋ, ਬਾਦਲ ਸਾਹਿਬ ਦੀ ਫੋਟੋ ਵਾਲੀ ਬੜੀ ਮਸ਼ਹੂਰ ਹੋਈ ਸੀ, ਫਿਰ ਸਾਈਕਲ ਬੜੇ ਮਸ਼ਹੂਰ ਹੋਏ ਸੀ ਬਾਦਲ ਸਾਹਿਬ ਦੀ ਫੋਟੋ ਵਾਲੇ, ਅਤੇ ਫਿਰ ਮੇਰੇ ਖਿਆਲ ਸ਼ਾਇਦ ਕਿੱਟਾਂ ਦਿੱਤੀਆਂ ਸੀ ਖੇਡੀਆਂ ਖੇਡਾਂ ਨੂੰ, ਖਿਡਾਰੀਆਂ ਨੂੰ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਫੋਟੋ ਲੱਗੀ ਹੋਈ ਸੀਗੀ। ਚਲੋ ਆਪਾਂ ਅਗਲੀ ਖਬਰ ਲੈਂਦੇ ਹਾਂ, ਅਗਲਾ ਸਵਾਲ ਜਿਹੜਾ ਉਹ ਲੈਂਦੇ ਹਾਂ ਸੰਦੀਪ ਕੌਰ ਜੀ ਆਕਸਫੋਰਡ ਤੋਂ। ਇਹਨਾਂ ਨੇ ਪੁੱਛਿਆ, ਇਹ ਕਹਿੰਦੇ ਮਾੜਾ ਬੰਦਾ ਤਕੜੇ ਬੰਦੇ ਤੋਂ ਹਮੇਸ਼ਾ ਡਰਦਾ ਕਿਉਂ ਹੈ? ਦੇਖੋ ਜੀ, ਡਰੂਗਾ ਹੀ ਤਾਂ, ਹੁਣ ਕਹਾਵਤਾਂ ਵੀ ਬੜੀਆਂ ਹੋਈਆਂ, ਡਾਢੇ ਦਾ 100 ਹੁੰਦਾ, ਆਮ 6 ਦਾ 100 ਹੁੰਦਾ, 6 ਦੀ 120 ਹੁੰਦੀ ਹੈ, 5 ਦੀ 100 ਹੁੰਦੀ ਹੈ। ਉਹ ਕਹਿੰਦੇ ਵੀ ਡਾਢੇ ਦਾ 100 ਹੁੰਦਾ, ਵੀ 7 × 20 140 ਦਾ ਅਗਲਾ 100 ਬਣਾਉਂਦਾ। ਅਤੇ ਵੈਸੇ ਇਹ ਕੁਦਰਤੀ ਗੱਲ ਹੈ ਜੀ, ਤਕੜੇ ਬੰਦੇ ਤੋਂ ਮਾੜਾ ਬੰਦਾ ਡਰਦਾ। ਅੱਜ ਕੱਲ੍ਹ ਜਿਹੜੇ ਹੈਗੇ ਨੇ, ਤਕੜਾ ਬੰਦਾ ਜ਼ਰੂਰੀ ਨਹੀਂ ਕਿ ਸਿਹਤ ਨਾਲ ਤਕੜਾ ਹੋਵੇ ਤਾਂ ਹੀ ਲੋਕ ਡਰਨਗੇ, ਪਾਵਰ ਤੁਹਾਡੇ ਕੋਲ ਤਕੜੀ ਹੈ ਤਾਂ ਵੀ ਲੋਕ ਡਰਦੇ ਨੇ, ਆਪ ਚਾਹੇ ਮਰੇ ਜੇ ਹੋਵੇ, ਤੁਰਿਆ ਨਾ ਜਾਂਦਾ ਹੋਵੇ। ਪੰਜਾਬ ਦੇ ਲੀਡਰਾਂ ਦੀ ਗੱਲ ਦੇਖ ਲਓ, ਕਿਸੇ ਹੋਰ ਜਿਹੜੇ ਚੇਅਰਮੈਨ ਟਾਈਪ ਹੈਗੇ ਉਹਨਾਂ ਦੀ ਗੱਲ ਦੇਖ ਲਓ, ਉਹਨਾਂ ਤੋਂ ਡਰਨਾ ਪੈਂਦਾ। ਨਹੀਂ ਤਾਂ ਇਹੋ ਜਿਹਾ ਕਸੂਤਾ ਪੰਗਾ ਪਾਉਂਦੇ ਸਾਰੀ ਜ਼ਿੰਦਗੀ ਸੂਤ ਨਹੀਂ ਆਉਂਦਾ, ਪਰ ਇਹ ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜਾ ਤਕੜੀ ਸਿਹਤ ਵਾਲਾ ਉਹਦੇ ਕੋਲ ਵੀ ਡਰਨਾ ਬਣਦਾ ਹੈ। ਕੋਈ ਭਲਵਾਨ ਨੇ ਕਿਸੇ ਨੇ ਮੇਰੇ ਅਰਗੇ ਦੇ ਘਰ ਅੱਗੇ ਗੱਡੀ ਖੜਾਤੀ ਪਿੰਡ ਦੇ ਵਿੱਚ, ਹੁਣ ਬੰਦੇ ਨੂੰ ਗੁੱਸਾ ਬਹੁਤ ਵੀ, ਸਾਡੇ ਰੋਜ਼ ਘਰ ਮੂਹਰੇ ਗੱਡੀ ਖੜਾ ਦਿੰਦਾ, ਅਤੇ ਕਰਾਂ ਕੀ, ਕਹਿ ਸਕਦਾ ਨਹੀਂ। ਹੁਣ ਇੱਕ ਦਿਨ ਉਹਨੇ ਮੇਰੇ ਅਰਗੇ ਵਿਚਾਰੇ ਨੇ ਸੋਚਿਆ, ਸੂਆ ਲਿਆ ਬਰਫ਼ ਭੰਨਣ ਵਾਲਾ ਅੰਦਰੋਂ,
ਅਤੇ ਉਹਨੇ ਸੋਚਿਆ ਵੀ ਟਾਇਰ 'ਚ ਮਾਰ ਕੇ ਟਾਇਰ ਪਾੜ ਦੇਵਾਂ ਉਹਦਾ। ਟਾਇਰ 'ਚ ਹਜੇ ਮਾਰ ਨਹੀਂ ਲੱਗਾ, ਮਾੜੀ ਕਿਸਮਤ ਤੋਂ ਅੰਦਰੋਂ ਭਲਵਾਨ ਆ ਗਿਆ। ਕਹਿੰਦਾ ਜੀ ਕੀ ਕਰਨ ਲੱਗੇ ਹੋ ਜੀ ਸਰਦਾਰ ਸਾਹਿਬ? ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਵੈਸੇ ਚੈੱਕ ਕਰ ਰਿਹਾ ਸੀ ਵੀ ਟਾਇਰ ਕਿਹੜੀ ਕੰਪਨੀ ਦੇ ਪਾਏ ਨੇ। ਸੋ ਬੰਦੇ ਨੂੰ ਬਦਲਣਾ ਪੈਂਦਾ, ਤਕੜਾ ਬੰਦਾ ਦੇਖ ਕੇ। ਵੈਸੇ ਵੀ ਅਕਸਰ ਦੇਖਿਆ ਜਿਵੇਂ ਅੰਜਾਨ ਸਾਹਿਬ ਗੱਲ ਕਰਦੇ ਹੁੰਦੇ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਹੀ ਮਾੜੇ ਨੇ, ਪਰ ਇਹਨਾਂ ਦੇ ਵਿੱਚੋਂ ਇੱਕ ਸਿਆਣਾ ਹੈ, ਉਹ ਗੁੱਸਾ ਸਿਆਣਾ ਸਾਰਿਆਂ ਤੋਂ। ਜਦੋਂ ਅੱਗੇ ਤਕੜਾ ਬੰਦਾ ਦੇਖਦਾ ਉਦੋਂ ਨਰਮ ਹੋ ਜਾਂਦਾ, ਉਦੋਂ ਉਹਨੂੰ ਨਹੀਂ ਗੁੱਸਾ ਆਉਂਦਾ। ਜੋ ਮਾੜਾ ਬੰਦਾ ਦੇਖਦਾ ਤਾਂ ਗੁੱਸਾ ਫਟਾਫਟ ਆਉਂਦਾ, ਹੋਰ ਆਉਂਦਾ ਹੋਰ ਆਉਂਦਾ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਤਕੜੇ ਬੰਦੇ ਤੋਂ ਡਰਨਾ ਇੱਕ ਆਮ ਜੀ ਗੱਲ ਹੈਗੀ ਆ। ਬਾਹਰਲੇ ਮੁਲਕਾਂ ਦੇ ਵਿੱਚ ਸ਼ਾਇਦ ਇਹ ਤਕੜੇ ਮਾੜੇ ਦਾ ਕੋਈ ਬਾਹਲਾ ਫਰਕ ਹੈ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਕਾਨੂੰਨ ਸਭ ਵਾਸਤੇ ਬਰਾਬਰ ਆ। ਇਸ ਕਰਕੇ ਇਹੀ ਫਰਕ ਹੈ ਜੀ ਸਾਡੇ ਮੁਲਕ ਦਾ ਅਤੇ ਇੱਥੋਂ ਦਾ। ਅਮਨ ਸ਼ਰਮਾ ਜੀ ਇੰਡੀਆਨਾ ਤੋਂ, ਇਹਨਾਂ ਨੇ ਕਿਹਾ ਜੀ ਪੰਜਾਬ ਵਿੱਚ ਪਿਛਲੀ ਸਰਕਾਰ ਵੇਲੇ ਖਬਰ ਛਪੀ ਸੀ ਕਿ ਪਰਾਲੀ ਤੋਂ ਬਿਜਲੀ ਬਣ ਸਕਦੀ ਹੈ। ਕੀ ਪਰਾਲੀ ਤੋਂ ਬਿਜਲੀ ਬਣਨੀ ਸ਼ੁਰੂ ਹੋ ਗਈ ਜਾਂ ਫਿਰ ਗੱਲਾਂ ਹੀ ਸੀ? ਇਹ ਜੀ ਸਿੱਧੇ ਸਿੱਧੇ ਹਿਸਾਬ ਲਾਇਆ ਕਰੋ ਗੱਲ ਦਾ ਕਿਸੇ ਦਾ ਵੀ, ਉਹ ਗੱਲ ਕਹੀ ਕਿਹਨੇ ਆ? ਕਿਸੇ ਲੀਡਰ ਨੇ ਕਹੀ ਹੈ ਤਾਂ ਹੋਰ ਗੱਲ ਹੈ, ਜੇ ਕਿਸੇ ਸਾਇੰਸਦਾਨ ਨੇ ਕਹੀ ਹੈ ਤਾਂ ਫਿਰ ਹੋਰ ਗੱਲ ਹੈ। ਇਹ ਗੱਲ ਮੇਰੇ ਖਿਆਲ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਸਾਹਿਬ ਨੇ ਇਹ ਕਹੀ ਸੀ, ਸ਼ਾਇਦ ਚੀਨ ਗਏ ਸੀ ਤਾਂ ਉੱਥੋਂ ਕੋਈ ਆਈਡੀਆ ਲਿਆਏ ਸੀ ਵੀ ਪਰਾਲੀ ਤੋਂ ਬਿਜਲੀ ਬਣ ਸਕਦੀ ਹੈ। ਪਰ ਉਹ ਜਿੰਨੀ ਦੇਰ ਉਹਨਾਂ ਦੀ ਸਰਕਾਰ ਸੀ ਉੰਨੀ ਦੇਰ ਹੀ ਉਹਨਾਂ ਬਿਜਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰਾਂ ਜਦੋਂ ਹੋਣ ਜਾਂ ਵਿਰੋਧੀ ਧਿਰ ਵਾਲੇ, ਤਾਂ ਫਿਰ ਜਦੋਂ ਹੁਣ ਬਿਜਲੀ ਦੀ ਕਿੱਲਤ ਆਉਂਦੀ ਹੈ ਕੋਈ ਵੀ ਗੱਲ ਕਰ ਸਕਦੇ, ਕਾਸੇ ਤੋਂ ਵੀ ਬਿਜਲੀ ਬਣਦੀ ਕਹਿ ਸਕਦੇ ਆ। ਇਹ ਵੀ ਕਹਿ ਸਕਦੇ, ਹੋ ਸਕਦਾ ਜੀ ਤੁਸੀਂ ਘਰਾੜੇ ਵੱਧ ਮਾਰੋਗੇ ਤਾਂ ਬਿਜਲੀ ਬਣੂਗੀ। ਇੱਕ ਅਮੈਰੀਕਾ ਦੀ ਖਬਰ ਸੀਗੀ, ਅਮੈਰੀਕਾ ਦੀ ਖੋਜ ਕੀਤੀ ਸੀ, ਉਹ ਸੱਚੀ ਮੁੱਚੀ ਖੋਜ ਸੀਗੀ ਵੀ ਜਿਹੜੇ ਸੋਲਰ ਆਪਾਂ ਲਾਉਂਦੇ ਹਾਂ, ਸੋਲਰ ਪਲਾਂਟ ਲਾਉਂਦੇ ਹਾਂ, ਸੂਰਜ ਦੀ ਰੌਸ਼ਨੀ ਨਾਲ ਚੱਲਣ ਵਾਲੀਆਂ ਲਾਈਟਾਂ ਲਾਉਂਦੇ ਹਾਂ, ਉਹ ਕਹਿੰਦੇ ਜੇ ਉਹ 'ਚ ਪਾਲਕ ਪਾ ਦਿੱਤੀ ਜਾਵੇ ਥੋੜ੍ਹੀ ਜਿਹੀ ਤਾਂ ਬਿਜਲੀ ਜ਼ਿਆਦਾ ਬਣੂਗੀ। ਜੇ ਉਹੀ ਹਿਸਾਬ ਇੰਡੀਆ ਦੇ ਵਿੱਚ ਹੋਊਗਾ ਤਾਂ ਇੰਡੀਆ ਨੇ ਕਹਿਣਾ ਜੀ ਤੁਰਨ ਨਾਲ ਬਿਜਲੀ ਬਣੇਗੀ, ਜ਼ਿਆਦਾ ਤੁਰਿਆ ਕਰੋ, ਘੁਰਾੜੇ ਮਾਰਿਆ ਕਰੋ। ਫਿਰ ਕੋਈ ਲੀਡਰ ਹੋ ਸਕਦਾ ਇਹ ਵੀ ਕਹਿ ਦੇ ਵੀ ਇੱਕ ਦਰਜਨ ਆਂਡੇ ਪਾ ਦਿਓ ਵਿੱਚ ਬਿਜਲੀ ਹੋਰ ਵਧੀਆ ਬਣੂਗੀ। ਫਿਰ ਲੀਡਰ ਕੋਈ ਇਹ ਵੀ ਕਹਿ ਸਕਦੇ ਆ ਕਿਤੇ ਲੋਕਾਂ ਨੂੰ ਭਰਮਾਉਣ ਦੇ ਮਾਰੇ ਵੀ ਜੇ ਤੁਸੀਂ ਮਿਰਚਾਂ ਵਾਹਵਾ ਪਾ ਦਿਓ ਉਹਦੇ ਵਿੱਚ 11,000 ਵੋਲਟ ਬਿਜਲੀ ਜਿਹੜੀ ਕਰੰਟ ਮਾਰ ਸਕਦੀ ਹੈ। ਹਾਂਜੀ ਲਸਣ ਪਾ ਦਿਓ ਅਤੇ ਜਦੋਂ ਬਲਬ ਜਾਊਗਾ ਤਾਂ ਤੁਹਾਨੂੰ ਜਿਹੜਾ ਬਲੱਡ ਪ੍ਰੈਸ਼ਰ ਵਗੈਰਾ ਉਹ ਨਹੀਂ ਹੋਊਗਾ, ਸ਼ੂਗਰ ਨਹੀਂ ਹੋਊਗੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਲੀਡਰ ਕਰਦੇ ਨੇ ਇਹ ਇਹਨਾਂ ਨੇ ਕਰਦੇ ਰਹਿਣਾ। ਇਹਨਾਂ ਦੀਆਂ ਗੱਲਾਂ ਆਪਾਂ ਨੂੰ ਪਤਾ ਇੱਦਾਂ ਹੀ ਹੁੰਦੀਆਂ, ਅਤੇ ਬਿਜਲੀ ਬਣਦੀ ਨਹੀਂ ਬਣਦੀ, ਆਉਂਦੀ ਨਹੀਂ ਆਉਂਦੀ, ਇਹ ਬਾਅਦ ਦੀ ਗੱਲ ਹੈਗੀ ਆ। ਚਲੋ ਇੱਕ ਸਵਾਲ ਹੋਰ ਲੈ ਲੈਂਦੇ ਹਾਂ, ਕਾਲਾਂ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ। ਗੁਰਮੀਤ ਕੌਰ ਟੋਰਾਂਟੋ ਤੋਂ, ਇਹਨਾਂ ਨੇ ਪੁੱਛਿਆ ਜੀ ਪਹਿਲੇ ਸਮਿਆਂ ਦੇ ਵਿੱਚ ਪਤਨੀਆਂ ਆਪਣੇ ਪਤੀ ਦਾ ਨਾਮ ਕਿਉਂ ਨਹੀਂ ਲੈਂਦੀਆਂ ਸੀ? ਦੱਸੋ ਜੀ ਇਹਦੇ 'ਚ ਮੈਂ ਕੁਛ ਨਹੀਂ ਦੱਸ ਸਕਦਾ ਕਿਉਂ ਨਹੀਂ ਨਾਮ ਲੈਂਦੀਆਂ ਸੀ। ਸ਼ਾਇਦ ਕੋਈ ਫਿਤਰਤ ਸ਼ੁਰੂ 'ਚ ਚੱਲੀ ਆਉਂਦੀ ਹੈ, ਉਹੀ ਅੱਗੇ ਚੱਲੀ ਜਾਂਦੀ ਸੀ। ਪਰ ਅੱਜ ਕੱਲ੍ਹ ਜੇ ਪਹਿਲੇ ਸਮੇਂ 'ਚ ਨਾਮ ਨਹੀਂ ਲੈਂਦੀਆਂ ਸੀ, ਅੱਜ ਕੱਲ੍ਹ ਫੱਟੇ ਚੱਕੀ ਜਾਂਦੀਆਂ। ਔਰ ਪਹਿਲੇ ਵੈਸੇ ਬੜੀ ਮੈਨੂੰ ਗੱਲ ਬੜੀ ਵਧੀਆ ਚੇਤੇ ਆ ਗਈ ਵੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤਾਂ ਸਾਡਾ ਮੇਰਾ ਤਾਇਆ ਆਇਆ ਦੁਬਈ ਤੋਂ ਆਇਆ ਵਾਹਵਾ 3-4 ਸਾਲ ਬਾਅਦ, ਅਤੇ ਤਾਈ ਮੇਰੀ ਫਿਰ ਸਾਰਿਆਂ ਨੂੰ ਤਾਏ ਦਾ ਨਾਂ ਨਹੀਂ ਲਿਆ ਉਹਨੇ, ਹਰੇਕ ਨੂੰ, ਮੇਰੇ ਦਾਦਾ ਦਾਦੀ ਨੂੰ, ਤੁਹਾਡਾ ਮੁੰਡਾ ਆ ਗਿਆ ਜੀ ਦੁਬਈ ਤੋਂ, ਆਪਣੇ ਨਿਆਣੇ ਨੂੰ, ਤੁਹਾਡਾ ਬਾਪੂ ਆ ਗਿਆ ਦੁਬਈ ਤੋਂ, ਸਾਨੂੰ ਤੁਹਾਡਾ ਤਾਇਆ ਆ ਗਿਆ ਦੁਬਈ ਤੋਂ, ਤੁਹਾਡੇ ਵਾਸਤੇ ਕੋਈ ਲੈ ਕੇ ਆਇਆ ਕਰੂ, ਫਲਾਨਿਆਂ ਤੇਰਾ ਫਲਾਨਾ ਆ ਗਿਆ ਦੁਬਈ ਤੋਂ, ਨਾਂ ਨਹੀਂ ਸੀ ਲੈਂਦੀਆਂ। ਮੈਨੂੰ ਉਦੋਂ ਲੱਗਦਾ ਸੀ ਵੀ ਇਹਨੂੰ ਇਹਦਾ ਨਾਂ ਪਤਾ ਹੀ ਨਹੀਂ ਤਾਂ ਨਹੀਂ ਨਾਂ ਲੈਂਦੀ, ਪਰ ਉਹ ਕਾਰਨ ਕੋਈ ਹੋਰ ਸੀ। ਅਤੇ ਇੱਦਾਂ ਹੀ ਇੱਕ ਹੋਰ ਪਿੰਡ ਦੇ ਵਿੱਚ ਲੱਸੀ ਰਿੜਕਣੀ ਸੀ ਨਵੀਂ ਨੂੰਹ, ਅਤੇ ਉਹਦੇ ਸਹੁਰੇ ਦਾ ਨਾਂ ਲੈਂਦੇ ਹੀ ਨਹੀਂ, ਪਤੀਆਂ ਦਾ ਨਾਂ ਕੀ ਲੈਣਾ, ਸਹੁਰੇ ਦਾ ਨਾਮ ਨਹੀਂ ਲੈਂਦੇ। ਤੋ ਲੱਸੀ ਰੜਕੜੀ ਸੀ, ਸਹੁਰੇ ਦਾ ਨਾਂ ਕਿਤੇ ਮੱਖਣ ਸਿੰਘ ਸੀ, ਅਤੇ ਉਹ ਹੁਣ ਕਹਿੰਦੀ ਮੈਂ ਕਿਵੇਂ ਕਵਾਂ ਵੀ ਮੱਖਣ ਆ ਗਿਆ ਲਾ ਲਵਾਂ, ਅਤੇ ਉਹ ਕਹਿੰਦੀ ਬੇਬੇ ਜੀ ਲੱਸੀ ਤਾਂ ਬਾਪੂ ਜੀ ਆ ਗਿਆ, ਜੇ ਕਹੋਂ ਤਾਂ ਲਾ ਲਵਾਂ। ਸੋ ਇਹ ਗੱਲਾਂ ਹੈਗੀਆਂ ਪਹਿਲੇ ਸਮੇਂ ਦੇ ਵਿੱਚ, ਸਤਿਕਾਰ ਦੇ ਤੌਰ 'ਤੇ ਸ਼ਾਇਦ ਜਿਹੜਾ ਨਾਮ ਉਹ ਲੇਡੀਜ਼ ਆਪਣੇ ਪਤੀ ਦਾ ਨਹੀਂ ਲੈਂਦੀਆਂ ਸੀਗੀਆਂ। ਪਤੀ ਦਾ ਕੀ, ਆਪਣੇ ਤੋਂ ਵੱਡੇ ਕਿਸੇ ਦਾ ਵੀ ਨਾਮ ਨਹੀਂ ਲੈਂਦੀਆਂ ਸੀਗੀਆਂ। ਸੱਸ ਸਹੁਰਾ ਦੇ ਜੇਠ ਦੇਰ ਦਾ ਨਾਮ ਲੈਂਦੀਆਂ ਸੀ, ਜੇਠ ਦਾ ਨਾਮ ਵੀ ਜੇ ਕੋਈ ਬਰਾਬਰ ਦਾ ਜੇਠ ਹੁੰਦਾ ਸੀ ਉਹਦਾ ਨਾਮ ਬਦਲ ਕੇ ਰੱਖ ਦਿੱਤਾ ਜਾਂਦਾ ਸੀ। ਇਹ ਸ਼ਾਇਦ ਸਾਡੇ ਦਰਸ਼ਕਾਂ ਨੂੰ ਪਤਾ ਹੋਏਗਾ, ਸਾਡੇ ਵੀ ਜਿੱਦਾਂ ਮੇਰਾ ਫੁੱਫੜ ਸੀਗਾ ਅਤੇ ਉਹਦਾ ਨਾਮ ਬਰਾਬਰ ਜਿਹਾ ਸੀਗੀ ਏਜ, ਅਤੇ ਉਹਦਾ ਨਾਂ ਉੱਦਾਂ ਲਕਸ਼ਮਣ ਸਿੰਘ ਸੀ, ਅਤੇ ਉਦੋਂ ਬਾਅਦ ਉਹਦਾ ਨਾਂ ਫਿਰ ਚਰਨ ਸਿੰਘ ਰੱਖ ਕੇ, ਤੂੰ ਚਰਨ ਕਹਿੰਦੀ ਹੁੰਦੀ ਸੀ ਮੇਰੀ ਬੇਬੇ। ਹੁਣ ਪਤਾ ਨਹੀਂ ਕੀ ਇਹਦੇ 'ਚ ਕੰਸੈਪਟ ਹੈਗਾ। ਸੋ ਗੱਲਾਂ ਬਾਤਾਂ ਸਿਲਸਿਲਾ ਤੁਹਾਡਾ ਸ਼ੁਰੂ ਹੋ ਗਿਆ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅੰਜਾਨ ਸਾਹਿਬ ਨਾਲ 2-4 ਗੱਲਾਂ ਕਰਨ ਦੀ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੁਹਾਡੀਆਂ ਕਾਲਾਂ ਦਾ ਸਿਲਸਿਲਾ ਲਗਾਤਾਰ ਸ਼ੁਰੂ ਹੋ ਗਿਆ, ਪਰ ਮੈਂ ਵਿਸ਼ੇ ਵੱਲ ਥੋੜ੍ਹੀ ਦੇਰ ਤੋਂ ਬਾਅਦ ਜਾਊਂਗਾ। ਕੁਝ ਦੇਰ ਵਾਸਤੇ ਸਰਦਾਰ ਅਰਜਨ ਸਿੰਘ ਅਣਜਾਣ ਸਾਹਿਬ, ਉਹਨਾਂ ਦੇ ਗਿਆਨ ਦੇ ਖਜ਼ਾਨੇ ਦੇ ਵਿੱਚੋਂ 2-4 ਬੂੰਦਾਂ ਆਪਾਂ ਵੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਵਾਰੀ ਉਹ ਇਤਿਹਾਸ ਦੀ ਗੱਲ ਕਰਦੇ ਨੇ, ਬਹੁਤ ਵਾਰੀ ਮਿਥਿਹਾਸ ਦੀ ਗੱਲ ਕਰਦੇ ਨੇ, ਅਤੇ ਬਹੁਤ ਵਾਰੀ ਉਹ ਸਾਨੂੰ ਸਾਖੀਆਂ ਇਹੋ ਜਿਹੀਆਂ ਸੁਣਾਉਂਦੀਆਂ ਨੇ।
ਥੋੜ੍ਹੇ ਸਮੇਂ ਦੇ ਵਿੱਚ ਜਿਹੜੀਆਂ ਸਾਡੇ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਨੇ, ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਹ ਸਾਨੂੰ ਕੋਈ ਸਿੱਧਾ ਰਾਹ ਦਿਖਾਉਂਦੀਆਂ ਨੇ। ਹੈਲੋ ਅੰਜਾਨ ਸਾਹਿਬ, ਪੈਰੀ ਪਹਿਨਾ ਜੀ, ਧੰਨਵਾਦ ਜੀ, ਧੰਨਵਾਦ ਜੀ, ਸਵਾਗਤ ਬਹੁਤ ਬਹੁਤ ਜੀ ਆਪ ਨੂੰ ਤੇ ਦਰਸ਼ਕਾਂ ਸਾਰਿਆਂ ਨੂੰ ਨਿਮਰਤਾ ਸ਼ੇਰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਜੀ ਜੀ ਸਰ। ਨਵਾਂ ਸਟੂਡੀਓ 14ਵੇਂ ਸਾਲ ਦੀ ਸ਼ੁਰੂਆਤ ਦੀਆਂ ਮੁਬਾਰਕਾਂ ਜੀ। ਬਹੁਤ ਮਿਹਰਬਾਨੀ ਜੀ, ਆਸ਼ੀਰਵਾਦ ਹੈ ਜੀ ਤੁਹਾਡਾ। ਧੰਨਵਾਦ ਜੀ, ਸਾਰੀ ਮੈਨੇਜਮੈਂਟ ਨੂੰ ਉੱਦਮ ਪਿਆਰ ਸਤਿਕਾਰ ਤੰਦਰੁਸਤੀ ਦੀ ਅਰਦਾਸ ਕਰਦੇ ਜੀ। ਜੀ ਸੁਣ ਯਾਰ ਪਿਆਰੇ ਸੱਜਣ, ਇੱਕ ਕਰੋਂ ਬੇਨਤੀ ਆ ਜੀ, ਤੁਹਾਨੂੰ ਬੇਨਤੀ ਆ ਇਹ ਜੀ ਜੀ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ ਗੁਰਬਾਣੀ ਦਾ ਆਪਦਾ, ਇਹ ਕਿਹੜਾ ਆ ਵੱਡਾ ਤੇ ਕਿੰਨਾ ਕੁ ਵੱਡਾ ਹੋ ਗਿਆ ਜੀ, ਤੁਹਾਨੂੰ ਆ ਬੇਨਤੀ ਕੀਤੀ ਜੀ। ਨਹੀਂ ਨਹੀਂ, ਇਹ ਤੇ ਮੇਰੇ ਵੱਸ ਦੀ ਗੱਲ ਨਹੀਂ, ਮੈਨੂੰ ਇੰਨੀ ਜ਼ਿਆਦਾ ਕੋਈ ਸੋਝੀ ਨਹੀਂ, ਤੁਸੀਂ ਹੀ ਦੱਸ ਸਕਦੇ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ ਤੇ ਕਰਨੀ ਕੀਰਤ ਵਾਚੀਏ ਬਾਈ ਲੇਖਾ ਕਰ ਸਮਝਾਇਆ ਜੀ। ਬੰਦਾ ਜੀ ਹਰ ਇੱਕ ਨਿੱਕਾ ਹੋ ਕੇ ਆਉਂਦਾ, ਚਾਹੇ ਮਰਦ ਆ ਚਾਹੇ ਔਰਤ, ਦੁਨੀਆਂ ਤੇ ਸਾਰੀ ਸਿਵਣੇ ਨਿੱਕਾ ਹੋ ਕੇ ਆਉਂਦਾ ਹੈ ਤੇ ਜਾਂਦਾ ਵੱਡਾ ਹੋ ਗਿਆ ਹਰ ਇੱਕ ਜੀ। ਬਿਲਕੁਲ ਬਿਲਕੁਲ, ਓਦਾਂ ਕਿਹਾ ਜਾਂਦਾ ਵਾ ਸਿੱਧੇ ਸ਼ਬਦਾਂ ਚ, ਆਪਾਂ ਕਹਿੰਦੇ ਮਰ ਗਿਆ ਪਰ ਨਹੀਂ, ਜਾਂ ਤੇ ਕਿਹਾ ਜਾਂਦਾ ਵੀ ਪੂਰਾ ਹੋ ਗਿਆ ਤੇ ਅਸਲ ਗੁਰਬਾਣੀ ਨੇ ਇਹਨੂੰ ਇਸੇ ਗੱਲ ਸਵਾਸਾਂ ਦੀ ਪੂਰਤੀ ਮੁੱਕ ਜਾਂਦੀ ਹੈ, ਟੁੱਟ ਜਾਂਦੀ ਮੌਤ ਹੋ ਜਾਂਦੀ, ਉਹਨੂੰ ਕਿਹਾ ਵੱਡਾ ਹੋ ਗਿਆ, ਇਦੋਂ ਗਾਹ ਨਹੀਂ ਹੁਣ ਇਹਨੇ ਚੱਲਣਾ ਜੀ ਜੀ। ਤੇ ਫਿਰ ਉਦੋਂ ਜਦੋਂ ਇੱਥੇ ਸਭ ਕੁਝ ਆਪਦਾ ਕੀਤਾ ਦੇਖਦਾ ਨਹੀਂ, ਤੇ ਉਦੋਂ ਅਗਲੇ ਬੰਨੇ ਫਿਰ ਜਿਹੜਾ ਧਰਮ ਉਹਦੇ ਉਹ ਭਗਤ ਫਿਰ ਖੜੇ ਹੀ ਹੁੰਦੇ ਵੀ ਆ ਜਾ ਅਸੀਂ ਵੀ ਦੇਖਦੇ, ਇੱਥੇ ਬਥੇਰਾ ਕੋਲ ਹੁਣ ਤਾਂ ਨਿਆਂ ਦੇਣਾ ਹੀ ਪੈਣਾ ਜੀ। ਉਹ ਆਉਂਦਾ ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਟ, ਵਾਹ ਜੀ ਵਾਹ, ਕਿਆ ਬਾਤ ਹੈ, ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਜੀ। ਥਾਂ ਨਾ ਕੋਈ ਪਾਉਂਦੇ ਹੀ ਹੁਣ ਸੁਣੀਏ ਸੁਣੀਏ ਨਾ ਰਵਾਇਆ, ਮਨ ਅੰਧੇ ਜਾਣੂ ਆਇਆ ਫੇਰ ਚੇਤਾ ਆਉਂਦਾ ਜੀ, ਫੇਰ ਚੇਤਾ ਹੁਕਮ ਕੀ ਮਨ ਭਾਵਦੇ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਜੀ, ਤੇ ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਣਾ ਫੇਰ ਪਤਾ ਲੱਗਦਾ ਜੀ ਜੀ। ਬਿਲਕੁਲ ਜੀ, ਅੱਗੇ ਕੋਈ ਰਚਨਾ ਖੁੱਲੀਆਂ ਹੀ ਆ ਜੀ, ਇੱਕ ਜ਼ਰੂਰ ਜੀ ਥੋੜ੍ਹੀ ਜਿਹੀ ਕਰ ਲਓ ਸਾਂਝੀ, ਇੱਥੋਂ ਹੀ ਆ ਜੀ। ਵੱਡਾ ਹੋ ਜਦ ਤੁਰ ਗਿਆ, ਮੁੜ ਪਤਾ ਨਹੀਂ ਕਦ ਟੱਕਰਨਾ ਜੀ, ਜੂਨ ਬਦਲ ਕੇ ਰੂਪ ਬਦਲਿਆ, ਪਛਾਣ ਰਹੀ ਨਾ ਡਾਕੂ ਨਾ ਫਕਰਨਾ ਜੀ, 36 ਪ੍ਰਕਾਰ ਦੇ ਖਾਣੇ ਨਾ ਲੱਭਣ, ਚਟਪਟੇ ਕੌੜੇ ਖੱਟੇ ਤੇ ਘੇ ਸਕਰਨਾ ਜੀ, ਮੁਫਤ ਖੋਰ ਦਾਣੇ ਦਾਰੂ ਨਾਲ ਵਕਾਊ ਵੋਟ ਤੇ ਸਰਕਾਰ ਵਪਾਰੀ ਜੀ, ਇਹ ਮੇਲ ਖਾਂਦੇ ਜ਼ਮੀਨ ਰਕੜਨਾ ਜੀ, ਬਦਲਾਂ ਵਿੱਚ ਮੀਂਹ ਹੈ ਛਾਂ ਨਹੀਂ ਹੁੰਦੀ ਜੀ, ਜੇ ਦੇਖੇ ਵੀ ਦਰਖਤ ਬਹਿ ਚੱਲਦੇ ਚਾਹੇ ਸਰ, ਜਦੋਂ ਬਹਿਣ ਲੱਗੇ ਉਨੇ ਚਿਰ ਨੂੰ ਉਹਨਾਂ ਤੋਂ ਗਾਂਹ ਪਛਾਂ ਹੋ ਜਾਣਾ ਜੀ, ਬਦਲਾਂ ਵਿੱਚ ਮੀਂਹ ਹੈ ਛਾਂ ਨਹੀਂ ਹੁੰਦੀ ਜੀ, ਤੇ ਸ਼ਹਿਦ ਨਹੀਂ ਸ਼ਹਿਦ ਹੁੰਦਾ ਵਿੱਚ ਖੱਖਰ ਨਾ ਜੀ ਜੀ, ਬਿਲਕੁਲ, ਜੇਠ ਹਾੜ ਵਿੱਚ ਗਿੱਦੜ ਨਾ ਕੂਕਣ ਅੱਛਾ ਜੀ, ਤੇ ਪੋਹ ਮਾਘ ਵਿੱਚ ਉੱਡਣ ਭਮਾਕੜ ਨਾ ਜੀ, ਬਿਲਕੁਲ, ਜੋ ਡਿਗਰੀਆਂ ਕਰਦੇ ਪੜ੍ਹਦੇ ਪਹਿਲਾਂ ਜੀ, ਅੱਖਰ ਜੋੜ ਕੇ ਅੱਖਰ ਨਾ ਵਾਹ ਜੀ ਵਾਹ ਜੀ, ਇਸ਼ਕ ਜਿਨ੍ਹਾਂ ਦੇ ਹੱਡੀ ਰਚ ਗਏ ਉੱਥੇ ਜੀ, ਮੀਂਹ ਨੇਰ ਧੁੱਪ ਤੇ ਕੱਕਰ ਨਾ ਜੀ, ਬੰਦੇ ਲੁੱਟਦੇ ਡਾਂਗਾਂ ਨਾਲ, ਘਰ ਵਾਲੀ ਲੁੱਟਦੀ ਮੱਕਰ ਨਾ, ਕਿਆ ਬਾਤ ਹੈ ਜੀ, ਬੰਦੇ ਲੁੱਟਦੇ ਡਾਂਗਾਂ ਨਾਲ, ਘਰ ਵਾਲੀ ਲੁੱਟਦੀ ਮੱਕਰ ਨਾ, ਜਿਹੜਾ ਪਿਆਰ ਨਾਲ ਨਾ ਸਮਝੇ ਫੇ ਉਹ ਸਮਝਦਾ ਥੱਪੜ ਥੱਪੜ ਨਾਲ, ਕਿਆ ਬਾਤ ਹੈ
ਜੱਗੀ ਸਾਹਿਬ ਭੁਲੇਖੇ ਕੱਢੂ ਇਹ ਫੋਕੇ ਮਾਰਦਾ ਜਕੜਨਾ, ਅਣਜਾਣ ਬੇਅੰਤ ਭੁੱਲਾਂ ਕਰਦਾ ਉਹ ਤੋਲ ਨੀ ਹੁੰਦੀਆਂ ਤੱਕੜਨਾ, ਉਹ ਤੋਲ ਨੀ ਹੁੰਦੀਆਂ ਤੱਕੜਨਾ। ਪਿਆਰਿਓ ਚੜ੍ਹਦੀ ਕਲਾ ਚ ਫੇਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਔਰ ਅੱਜ ਦੀ ਜਿਹੜੀ ਗੱਲਬਾਤ ਅਣਜਾਣ ਸਾਹਿਬ ਨੇ ਕੀਤੀ ਹੈ ਉਹਦੇ 'ਚ ਕਈ ਕੁਛ ਹੀ ਛੁਪਿਆ ਹੋਇਆ ਸੀਗਾ। ਔਰ ਨਾਮ ਹੀ ਉਹਨਾਂ ਨੇ ਆਪਣਾ ਅਰਜਨ ਸਿੰਘ ਅਣਜਾਣ ਰੱਖਿਆ। ਦੇਖੋ, ਇੰਨਾ ਗਿਆਨ ਹੁੰਦੇ ਹੋਏ, ਬਹੁਤ ਜ਼ਿਆਦਾ ਗਿਆਨ ਹੁੰਦੇ ਹੋਏ, ਔਰ ਗੁਰਬਾਣੀ ਨਾਲ ਵੀ ਸਾਨੂੰ ਜੋੜਦੇ ਨੇ, ਸੱਭਿਆਚਾਰ ਦੀ ਵੀ ਗੱਲ ਕਰਦੇ ਨੇ, ਅੱਜ ਵੀ ਜਿਹੜੀ ਗੱਲ ਕੀਤੀ ਹੈ ਗੁਰਬਾਣੀ ਦੀ ਗੱਲ ਕਰਕੇ ਬੜੀ ਵਧੀਆ ਜ਼ਿੰਦਗੀ ਦੀਆਂ ਸੱਚਾਈਆਂ ਉਹਨਾਂ ਨੇ ਪੇਸ਼ ਕੀਤੀਆਂ। ਸੋ ਬਹੁਤ ਬਹੁਤ ਮਿਹਰਬਾਨੀ ਅਣਜਾਣ ਸਾਹਿਬ ਤੁਹਾਡੀ, ਔਰ ਸਾਡੀ ਖੁਸ਼ਕਿਸਮਤੀ ਹੈ ਮੇਰੀ ਵੀ ਅਤੇ ਸਾਡੇ ਬਹੁਤ ਸਾਰੇ ਦਰਸ਼ਕ ਐਸੇ ਨੇ ਜਿਹੜੇ ਅੱਜ ਵਾਲਾ ਪ੍ਰੋਗਰਾਮ, ਤੁਹਾਡਾ ਸੈਗਮੈਂਟ ਜਿਹੜਾ ਹੁੰਦਾ ਉਹ ਜ਼ਰੂਰ ਦੇਖਦੇ ਨੇ, ਬਾਕੀ ਪ੍ਰੋਗਰਾਮ ਚਾਹੇ ਉਹ ਭੁੱਲ ਜਾਣ ਪਰ ਤੁਹਾਡਾ ਪ੍ਰੋਗਰਾਮ ਦੇਖਣਾ ਨਹੀਂ ਭੁੱਲਦੇ। ਸੋ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਬ੍ਰੇਕ ਤੋਂ ਬਾਅਦ ਫਿਰ ਵਿਸ਼ਾ ਦੱਸ ਕੇ ਫਟਾਫਟ 'ਤੇ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰੂੰਗਾ। ਤੁਸੀਂ ਜਦ ਤੱਕ ਨੰਬਰ ਡਾਇਲ ਕਰ ਲਓ, ਮੈਂ ਬ੍ਰੇਕ ਲੈਂਦਾ, ਦੇਖਦੇ ਰਹੋ ਜਸ ਪੰਜਾਬੀ ਤੋਂ ਬਾਅਦ ਹਾਜ਼ਰ ਹੈ ਜੀ। ਅਤੇ ਫਟਾਫਟ ਚੱਲਦੇ ਹਾਂ ਵਿਸ਼ੇ ਵਾਲੇ ਪਾਸੇ। ਵਿਸ਼ਾ ਤੁਹਾਨੂੰ ਪਤਾ ਆਪਣੇ ਨਾਲ ਮਿਲਦਾ ਜੁਲਦਾ ਹੁੰਦਾ ਸਾਰਿਆਂ ਦਾ। ਅੱਜ ਦਾ ਵਿਸ਼ਾ ਵੀ ਇੱਕ ਐਸਾ ਵਿਸ਼ਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ, ਇਹ ਵੀ ਸਾਡੇ ਪੰਜਾਬੀਆਂ ਦੀ ਇੱਕ ਨਵੀਂ ਸਮੱਸਿਆ ਜਿਹੜੀ ਸ਼ੁਰੂ ਹੋ ਗਈ ਆ। ਗੱਲ ਇੱਦਾਂ ਵੀ ਜਦੋਂ ਬੱਚਾ ਨਹੀਂ ਹੁੰਦਾ ਕਿਸੇ ਦੇ ਘਰ ਤਾਂ ਉਦੋਂ ਫਿਰ ਸੌ ਸੁੱਖਣਾ ਸੁੱਖ ਕੇ, ਕਿਤੇ ਬਾਬਿਆਂ ਦੇ ਮੱਥਾ ਟੇਕ ਕੇ, ਕਿਤੇ ਕੋਈ ਸੁੱਖਣਾ ਸੁੱਖ ਅਤੇ ਕਿਤੇ ਕੋਈ ਸੁੱਖ ਅਤੇ ਕਿਤੇ ਮੈਂ ਪੈਦਲ ਚੱਲ ਕੇ ਫਲਾਨੀ ਜਗ੍ਹਾ ਜਾਊਂ ਤਾਂ ਕਿਤੇ ਮੈਂ ਨੰਗੇ ਪੈਰ ਆਊਂ, ਇੰਨਾ ਕੁਛ ਕਰਨ ਕਰਾਉਣ ਤੋਂ ਬਾਅਦ। ਪਹਿਲੇ ਸਮੇਂ ਦੀ ਗੱਲ ਕਰਦਾ, ਅੱਜ ਕੱਲ੍ਹ ਤਾਂ ਹੈ ਨਹੀਂ ਗੱਲਾਂ। ਸੁੱਖਣਾ ਸੁੱਖ ਕੇ ਬੱਚਾ ਪੈਦਾ ਹੁੰਦਾ ਸੀ, ਚਾਹੇ ਉਹ ਮੁੰਡਾ ਸੀ ਚਾਹੇ ਕੁੜੀ ਸੀ, ਅਤੇ ਬੜਾ ਚਾਅ ਹੁੰਦਾ ਸੀ, ਉਦੋਂ ਬਾਅਦ ਬੜੇ ਵਧੀਆ ਪਰਿਵਾਰਾਂ ਦੇ ਵਿੱਚ ਮਾਹੌਲ ਹੁੰਦਾ ਸੀਗਾ। ਪਰ ਜਿਉਂ ਜਿਉਂ ਹੁਣ ਸਮਾਂ ਚੇਂਜ ਹੋਇਆ, ਇੱਕ ਸੱਚੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਦੋਂ ਬਾਅਦ ਤੁਹਾਡੀਆਂ ਗੱਲਾਂ ਲੈਣੀ ਸ਼ੁਰੂ ਕਰ ਦੇਣੀ। ਇੰਗਲੈਂਡ ਤੋਂ ਸਾਡਾ ਇੱਕ ਮਿੱਤਰ ਆਇਆ, ਉਹਨੇ ਗੱਲ ਦੱਸੀ, ਅੱਜ ਕੱਲ੍ਹ ਦੇ ਨਿਆਣਿਆਂ ਦੀ ਗੱਲ ਦੱਸੀ ਵੀ 21 ਸਾਲ ਦੀ ਇੱਕ ਕੁੜੀ ਆ ਅਤੇ 23 ਸਾਲ ਦਾ ਮੁੰਡਾ ਉਹਦਾ ਹੈਗਾ। ਸ਼ੁਰੂ ਤੋਂ ਬੜੀ ਸਖਤ ਮਿਹਨਤ ਕਰਕੇ ਕੀਤੇ, ਪੜ੍ਹਾਏ ਲਿਖਾਏ ਕਰਦੇ ਹੈਗੇ ਨੇ। ਮਤਲਬ ਹੈਰਾਨੀ ਦੀ ਗੱਲ ਇਹ ਹੈ ਵੀ ਬੇਟੀ ਕਿਤੇ ਗਈ, ਉਹਦਾ ਕੋਈ 6-7 ਵਜੇ ਫ੍ਰੀ ਹੋ ਜਾਣਾ ਸੀ, 9:30 ਕਿਤੇ ਘਰ ਆਈ ਅਤੇ ਉਹਨੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਤੂੰ 9:30 ਕਿਉਂ ਘਰ ਆਈ, ਮੈਂ ਥੋੜ੍ਹਾ ਡਾਂਟ ਕੇ ਪੁੱਛਿਆ। ਜਦੋਂ ਮੈਂ ਡਾਂਟਿਆ ਮੇਰੀ ਵਾਈਫ ਵਿੱਚ ਆ ਗਈ, ਅਤੇ ਵਾਈਫ ਨੂੰ ਜਦੋਂ ਮੈਂ ਥੋੜ੍ਹਾ ਕਿਹਾ ਵੀ ਤੂੰ ਐਂ ਨਿਆਣੇ ਵਿਗੜਦੇ ਆ ਤੂੰ ਕਿਉਂ ਕਰਦੀ ਹੈ, ਅਤੇ ਉਹ ਕਹਿੰਦਾ ਜੀ ਚੱਕ ਕੇ ਉਹਨੇ ਕੁੜੀ ਨੇ ਪੁਲਿਸ ਨੂੰ ਫੋਨ ਕਰਤਾ ਅਤੇ ਮੈਂ ਅਰੈਸਟ ਹੋ ਗਿਆ। ਉਹਦੀ ਸਮੱਸਿਆ ਉਹਨੇ ਦੱਸੀ ਮੈਨੂੰ, ਉਹ ਅਰੈਸਟ ਹੋਇਆ, ਆਇਆ ਉਹ ਅਮੈਰੀਕਾ ਤੋਂ ਇੱਥੇ, ਅਤੇ ਉਹਨੂੰ ਇੰਗਲੈਂਡ ਤੋਂ ਇੱਥੇ, ਅਤੇ ਇਮੀਗ੍ਰੇਸ਼ਨ 'ਤੇ ਪੁੱਛਿਆ ਵੀ ਤੂੰ ਅਰੈਸਟ ਹੋਇਆ ਸੀ, ਉਹ ਕਹਿੰਦਾ ਵੀ ਹਾਂ ਹੋਇਆ ਸੀ, ਉਹ ਕਹਿੰਦਾ ਕੀ ਹੋਇਆ ਸੀ, ਕਹਿੰਦਾ ਡੋਮੈਸਟਿਕ ਵਾਇਲੈਂਸ। ਔਰ ਇਹ ਚੀਜ਼ਾਂ ਜਿਹੜੀਆਂ ਇੱਕ ਨਵੀਂ ਨਵੀਂ ਪੰਜਾਬੀਆਂ ਦੇ ਪਰਿਵਾਰਾਂ ਦੇ ਵਿੱਚ ਜਿਹੜੀ ਸ਼ੁਰੂ ਹੋਈ ਆ। ਅਸੀਂ ਅਕਸਰ ਗੱਲ ਕਰਦੇ ਹਾਂ ਵੀ ਬੱਚੇ ਹੋਣੇ ਚਾਹੀਦੇ ਆ, ਬੜਾ ਚਾਅ ਹੁੰਦਾ, ਚਾਅ ਨਾਲ ਵਿਆਹ ਕਰਦੇ ਹਾਂ, ਲੱਖਾਂ ਕਰੋੜਾਂ ਰੁਪਈਆ ਲਾ ਕੇ। ਪਰ ਉਦੋਂ ਬਾਅਦ ਇੱਕ ਸਾਡੇ ਬਹੁਤ ਹੀ ਖਾਸ ਸਿਆਣੇ ਬੰਦੇ ਹੈਗੇ ਨੇ, ਉਹ ਕਹਿੰਦੇ ਵੀ ਅਸੀਂ 25 ਸਾਲ ਬੱਚੇ ਨੂੰ ਪਾਲਦੇ ਹਾਂ, 25 ਸਾਲ ਜਦੋਂ ਪਾਲ ਜਾਂਦਾ ਅਤੇ ਵਿਆਹ ਉਹਦਾ ਹੋ ਜਾਂਦਾ ਅਤੇ ਉਦੋਂ ਕਹਿ ਦਿੰਦਾ ਵੀ ਡੋਂਟ ਸ਼ੋਅ ਯੂਅਰ ਫੇਸ ਆਪਦੇ ਮਾਂ ਬਾਪ ਨੂੰ ਕਹਿ ਦਿੰਦਾ, ਜਾਂ ਫਿਰ ਜੇ ਜ਼ਰੂਰਤ ਹੋਵੇ ਨਿਆਣੇ ਨਿੱਕਿਆਂ ਦੀ, ਉਹ ਵੀ ਆਪਾਂ ਵਿਸ਼ਾ ਸਾਂਝਾ ਕੀਤਾ ਸੀ ਨਿਆਣੇ ਨਿੱਕੇ ਸਾਂਭਣ ਦੀ, ਤਾਂ ਫਿਰ ਤਾਂ ਉਹ ਮਾੜਾ ਮੋਟਾ ਪੁੱਛਦੇ ਆ, ਨਹੀਂ ਤਾਂ ਫਿਰ ਉਹ ਕਹਿੰਦੇ ਵੀ ਜਾਂ ਤਾਂ ਇੰਡੀਆ ਜਾਓ ਅਤੇ ਜਾਂ ਫਿਰ ਤੁਸੀਂ ਇੱਥੇ ਕਿਤੇ ਬਿਰਧ ਆਸ਼ਰਮ ਦੇ ਵਿੱਚ ਚਲੇ ਜਾਓ। ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜੀ, ਜਿਹੜੀ ਇਹ ਨਵੀਂ ਚੀਜ਼ ਸ਼ੁਰੂ ਹੋਈ ਹੈ ਕਿ ਪੁਲਿਸ ਨੂੰ ਬੱਚੇ ਬਿਨਾਂ ਵਜ੍ਹਾ ਫੋਨ ਕਰ ਦਿੰਦੇ ਆ, ਬਿਨਾਂ ਗੱਲ ਤੋਂ, ਕਿ ਮਾੜਾ ਜਿਹਾ ਵੀ ਅਗਰ ਅਸੀਂ ਉਹਨਾਂ ਨੂੰ ਪੁੱਛਦੇ ਵੀ ਹਾਂ ਕਿ ਇਹ ਅਮੈਰੀਕਾ ਦੇ ਵਿੱਚ ਵੀ ਹੈ ਜਾਂ ਹਜੇ ਅਮੈਰੀਕਾ ਦੇ ਵਿੱਚ ਬਚਾ, ਕਿਉਂਕਿ ਇੰਗਲੈਂਡ ਆਪਣੇ ਨੂੰ 2 ਪੀੜ੍ਹੀਆਂ ਅੱਗੇ ਚੱਲਦਾ ਹੈ, ਇੰਗਲੈਂਡ ਦੇ ਵਿੱਚ ਹੁਣ 4ੀ ਪੀੜ੍ਹੀ ਸ਼ੁਰੂ ਹੋ ਗਈ ਹੈ ਅਤੇ ਇੱਥੇ ਹਜੇ ਮੇਰੇ ਖਿਆਲ 3ੀ ਹੈ, ਜਾਂ ਇੰਗਲੈਂਡ ਦੇ ਵਿੱਚ 5ਵੀਂ ਸ਼ੁਰੂ ਹੋ ਗਈ ਹੋਈ ਅਤੇ ਇੱਥੇ 4ੀ ਪੀੜ੍ਹੀ ਆ, ਵੀ ਕੀ ਹੈ ਸਾਡੇ ਇੱਥੇ ਅਮੈਰੀਕਾ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਗਈ ਹੈ, ਜੇ ਹੋ ਗਈ ਹੈ ਤਾਂ ਇਹਦਾ ਹੱਲ ਕੀ ਹੈ? ਹੱਲ ਜਿਹੜਾ ਤੁਸੀਂ ਦੱਸਦੇ ਹੋ ਬਹੁਤ ਦੁਨੀਆ ਸੁਣਦੀ ਹੈ, ਉਹ ਦੁਨੀਆ ਸੁਣ ਕੇ ਉਸ ਹੱਲ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੀ ਹੈ, ਇੱਕ ਬੱਚਿਆਂ ਦੇ ਵਿੱਚ ਅਤੇ ਪੇਰੈਂਟਸ ਦੇ ਵਿੱਚ। ਅੱਜ ਕੱਲ੍ਹ ਅਗਰ ਗੱਲ ਕਰੀਏ ਪਿਓ ਦੀ ਪੁੱਤ ਦਾ ਨਹੀਂ ਬਣਦੀ, ਭਰਾ ਦੀ ਭਰਾ ਨਾਲ ਨਹੀਂ ਬਣਦੀ, ਮਤਲਬ ਪਤਾ ਨਹੀਂ ਕਿਉਂ ਇੱਕ ਡਿਸਟੈਂਸ ਜਿਹੜਾ ਕ੍ਰੀਏਟ ਹੋ ਰਿਹਾ, ਇੱਕ ਤਾਂ ਪੀੜ੍ਹੀ ਪਾਲਾ ਜਨਰੇਸ਼ਨ ਗੇਪ ਗੈਪ ਜਿਹੜਾ ਅਸੀਂ ਗੱਲ ਕਰਦੇ ਹੁੰਦੇ ਹਮੇਸ਼ਾ, ਉਹ ਚਲੋ ਹੈਗਾ ਹੀ ਹੈਗਾ, ਪਰ ਅੱਜ ਜਿਹੜਾ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕਿ ਇੰਨਾ ਗੈਪ ਪਈ ਜਾਂਦਾ ਪਿਓ ਪੁੱਤ ਦੇ ਵਿੱਚ ਜਾਂ ਪਿਓ ਧੀ ਦੇ ਵਿੱਚ ਜਾਂ ਮਾਂ ਬਾਪ ਦੇ ਬੱਚਿਆਂ ਦੇ ਵਿੱਚ, ਕਿ ਉਹ ਮਿੰਟ ਇੱਕ ਸਕਿੰਟ ਲਾਉਂਦੇ ਨੇ ਪੁਲਿਸ ਨੂੰ ਫੋਨ ਕਰਨ ਲੱਗੇ, ਉਹ ਕਹਿੰਦੇ ਮੈਨੂੰ ਤਾਂ ਤੱਕ ਉਹਨੇ ਕਹਿ ਦਿੱਤਾ ਮੁੰਡੇ ਨੇ ਵੀ ਤੂੰ ਵਾਪਸ ਨਾ ਆਈ ਐਵੇਂ ਤਾਂ ਚੰਗਾ। ਕੀ ਇਹਦੇ ਪਿੱਛੇ ਕਾਰਨ ਹੋਣਗੇ? ਉਹ ਕਹਿੰਦਾ ਮੈਂ ਪੁੱਛਿਆ ਵੀ ਤੇਰੀ ਕੋਈ ਗਲਤੀ ਹੋਊ, ਕਹਿੰਦਾ ਕੋਈ ਗਲਤੀ ਨਹੀਂ, ਮੈਂ ਸਿਰਫ ਆਹੀ ਪੁੱਛਿਆ, ਅਤੇ ਇਹਦੂ ਬਾਅਦ ਹੀ ਸਾਰੀ ਗੱਲ ਵੱਧ ਗਈ। ਚਲੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਇਹ ਆਪਾਂ ਤੁਹਾਡੀਆਂ ਕਾਲਾਂ ਲੈਂਦੇ ਹਾਂ ਅਤੇ ਜਾਣਦੇ ਹਾਂ ਵਿਚਾਰ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ ਜੀ? ਆ ਸਰਦਾਰ ਸੁਰਿੰਦਰ ਸਿੰਘ ਜੀ, ਲੱਗਦਾ ਕਿਤੇ ਆਪਣੇ ਵੈਸੇ ਤਾਂ ਬਹੁਤ ਸਾਰੇ ਪੰਜਾਬੀਆਂ ਦੇ ਘਰਾਂ 'ਚ ਇਹ ਪ੍ਰੋਬਲਮ ਨਹੀਂ ਹੈਗੀ, ਪਰ ਕਈਆਂ ਦੇ ਹੋ ਸਕਦੀ ਇੱਦਾਂ ਦੀ ਪ੍ਰੋਬਲਮ ਬੱਚਿਆਂ ਦੇ ਅਤੇ ਪੇਰੈਂਟਸ ਦੇ ਵਿਚਾਲੇ? ਬਹੁਤ ਜ਼ਿਆਦਾ ਆ ਜੀ, ਕਿਉਂ ਨਹੀਂ ਹੋ ਸਕਦੀ, ਬਹੁਤ ਜ਼ਿਆਦਾ ਅੰਦਰੋਂ ਅੰਦਰੀ, ਬਹੁਤ ਜ਼ਿਆਦਾ, ਬਾਹਰ ਘੱਟ ਆਉਂਦੀਆਂ, ਜ਼ਿਆਦਾ ਬਹੁਤ ਹੋਈ ਇਸ ਵੇਲੇ ਜੀ। ਮੈਂ ਤਾਂ ਹਿੱਲ ਗਿਆ ਸਟੋਰੀ ਸੁਣ ਕੇ, ਮੈਂ ਕਿਹਾ ਵੀ ਦੱਸੋ ਬੱਚਿਆਂ ਵਾਸਤੇ ਬੰਦਾ ਦਿਨ ਰਾਤ ਟੁੱਟ ਟੁੱਟ ਮਰਦਾ ਹੈ। ਹਾਂਜੀ, ਅਤੇ ਇਹ ਇਹੀ ਬੰਦੇ ਦੀ ਗਲਤੀ ਆ ਨਾ, ਜਿਹੜਾ ਮਹਾਤਮਾ ਗਾਂਧੀ ਕਹਿੰਦਾ ਸੀ ਵੀ ਜੇ ਪੈਸਾ ਨਾ ਇੰਨਾ ਜੋੜੋ, ਜੇ ਲਾਦ ਚੰਗੀ ਉਹਨੂੰ ਕਮਾ ਲੈਣਾ, ਜੇ ਮਾੜੀ ਹੋਈ ਤੁਹਾਡਾ ਉਡਾ ਗੁਆ ਦੇਣਾ, ਉਹਨੇ ਉਡਾ ਦੇਣਾ। ਨਹੀਂ, ਪੈਸੇ ਤੋਂ ਇਲਾਵਾ ਕਿੱਥੇ ਕਮੀ ਆਈ ਹੈ? ਤਾਂ ਦੇਖੋ, ਸਾਡੇ ਗੁਰੂਆਂ ਵੇਲੇ ਤੋਂ ਆ, ਗੁਰੂਆਂ ਦੇ ਪੁੱਤ ਬਾਗੀ ਹੁੰਦੇ ਆਏ ਆ, ਵਿਰੋਧ ਕਰਦੇ ਆਏ ਆ, ਗੁਰੂ ਮਹਾਰਾਜ ਅਰਜਨ ਦੇਵ ਜੀ ਨੂੰ ਉਹਨਾਂ ਦਾ ਭਰਾ ਮਰਾਉਣ ਲਈ ਤੁਲੇ ਆ ਰਿਹਾ ਸਾਰੀ ਉਮਰ। ਅੱਛਾ ਜੀ, ਇਹ ਤਾਂ ਹਾਂਜੀ, ਜਿਹੜਾ ਪਿਰਥੀਆ ਸੀਗਾ, ਸਾਰੀ ਉਮਰ ਮਹਾਰਾਜ ਨੂੰ ਮਰਾਉਣ ਲਈ ਤੁਰਿਆ ਰਿਹਾ। ਅੱਛਾ, ਇਹ ਤਾਂ ਪਹਿਲਾਂ ਤਾਂ ਗੁਰੂ ਨਾਨਕ ਦੇ ਪੁੱਤ ਵੀ ਬਾਗੀ ਹੋਏ ਦੋਏ, ਉਹਨੇ ਨਹੀਂ ਉਹਨਾਂ ਦੀ ਗੱਲ ਮੰਨੀ। ਹਾਂਜੀ, ਇਹਦਾ ਹੱਲ ਕੀ ਹੈ ਜੀ? ਹੱਲ ਬਾਕੀ ਹੋਣਾ ਹੋਰ ਚੀਜ਼ ਹੈ, ਜਿਹੜੀ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਕਿ ਚਲੋ ਬਾਪੂ ਨੇ ਮਾੜਾ ਡਾਂਟਿਆ, ਚਲੋ ਪੁਲਿਸ ਨੂੰ ਫੋਨ ਕਰਕੇ ਚਲੋ ਕਰਾ ਦਿਉ, ਅਰੈਸਟ ਕਰਾ ਦਿਉ, ਔਰ ਉਹ ਰਿਕਾਰਡ ਦੇ ਉੱਪਰ ਚੜ੍ਹਦਾ। ਇਹ ਗੱਲ ਨਾਲ ਹੈ ਕਿ ਉਹ ਰਿਕਾਰਡ ਦੇ ਉੱਪਰ ਚੜ੍ਹਦਾ, ਕਿਤੇ ਵੀ ਤੁਸੀਂ ਜਾਂਦੇ ਹੋ ਉਹ ਆਉਂਦੀ ਆ ਡੋਮੈਸਟਿਕ ਵਾਇਲੈਂਸ ਸਾਹਮਣੇ। ਹੱਲ ਇਹਦਾ ਇਹ ਹੋਣਾ ਹੈ ਜੱਗੀ ਜੀ, ਬੈਲੈਂਸ ਬਣਾ ਕੇ ਚੱਲੋ। ਇਹ ਅਸੀਂ ਅੱਜ ਕੱਲ੍ਹ ਜੋ ਅਸੀਂ ਹੈਗੇ ਉਹ ਨਹੀਂ ਦੱਸਦੇ ਨਿਆਣੇ ਨੂੰ, ਅਸੀਂ ਬਹੁਤ ਬੜਾ ਬਣ ਕੇ ਦੱਸਦੇ ਹਾਂ, ਜੋ ਵੀ ਉਹਦੀ ਮੰਗ ਨਿੱਕੀ ਤੋਂ ਨਿੱਕੀ ਛੋਟੀ ਉਮਰ 'ਤੇ ਪੂਰੀ ਕਰਨ ਲੱਗ ਪੈਂਦੇ, ਨਹੀਂ ਕਰੋ ਪੂਰੀ ਜ਼ਰੂਰ, ਪਰ ਉਹਨੂੰ ਇਹ ਦਰਸਾਓ ਜ਼ਰੂਰ ਬਈ ਪੁੱਤ ਜੀ ਇਹ ਮਿਹਨਤ ਕਰਨੀ ਪੈਣੀ, ਮਿਹਨਤ ਨਾਲ ਸਭ ਕੁਝ ਬਣਦਾ ਆ। ਅਤੇ ਜਿਹੜਾ ਅਸੀਂ ਅੱਜ ਕੱਲ੍ਹ ਬੱਚੇ ਹੋ ਗਏ ਘੱਟ, ਅਤੇ ਅਸੀਂ ਟ੍ਰੈਂਡ ਇਹ ਸੰਭਾਲ ਲਿਆ ਵੀ ਅਸੀਂ ਜੇ 10 ਰੁਪਈਏ ਦੇ, ਅਸੀਂ ਬੱਚੇ ਨੂੰ 100 ਰੁਪਈਏ ਦੇ ਬਣ ਕੇ ਦੱਸਦੇ ਵੀ ਕੋਈ ਨਾ ਪੁੱਤ ਮੈਂ 100 ਰੁਪਈਆ ਫਿਕਰ ਨਾ ਕਰ, ਇਹ 'ਚ ਆ ਕੇ ਬੱਚਿਆਂ ਦੀ ਫਿਰ ਜਿਹੜੀ ਹੁਣ ਉਹ ਆਦਤ ਪੇ ਮੁੱਢ ਤਾਂ ਸ਼ੁਰੂ ਵਿਗੜਨੀ ਹੋ ਜਾਂਦੀ, ਜੋ ਹੈਗੇ ਉਹ ਦਿਖਾਲੋ ਆਪਣੇ। ਇਹ ਵੀ ਸੱਚਾਈ ਹੈ ਜੀ। ਜੀ ਚਲੋ, ਬਹੁਤ ਵਧੀਆ। ਬਾਕੀ ਜੋ ਹੈਗਾ ਜ਼ਿੰਦਗੀ ਦੇ ਵਿੱਚ ਜੋ ਕੀਤਾ, ਜੋ ਬੰਦਾ ਸੋਚਦਾ ਉਹਦੇ ਲਈ, ਕਹਿੰਦਾ ਜੋ ਤੂੰ ਸੁਪਨੇ ਸੋਚਣੋਂ ਵੀ ਡਰਦਾ ਉਹ ਹਾਲਤ ਜਿਉਣਾ ਵੀ ਪੈ ਸਕਦਾ, ਜ਼ਿੰਦਗੀ 'ਚ ਕੁਝ ਵੀ ਹੋ ਸਕਦਾ, ਜਿਸ ਬੂਟੇ ਨੂੰ ਤੂੰ ਖੂਨ ਨਾਲ ਸਿੰਜਿਆ ਉਹ ਤੈਨੂੰ ਛਾਂ ਦੇਣ ਤੋਂ ਇਨਕਾਰੀ ਵੀ ਹੋ ਸਕਦਾ, ਕੰਡਾ ਇੱਕ ਚੁੱਭਿਆ ਤੂੰ ਬਹੁਤ ਡਰਿਆ, ਕੰਡਿਆਂ ਦੇ ਵਿੱਚ ਤੇਰਾ ਆਲਣਾ ਵੀ ਹੋ ਸਕਦਾ, ਜ਼ਰੂਰੀ ਨਹੀਂ ਤੇਰੇ ਸਿੰਜੇ ਬੂਟੇ ਨੂੰ ਗੁਲਾਬ ਦੇ ਫੁੱਲ ਹੀ ਲੱਗਣ, ਵਕਤਾਂ ਦੇ ਫੇਰ ਵਿੱਚ ਉਹ ਝਾੜੀ ਵੀ ਬਣ ਸਕਦਾ, ਤੇਰੇ ਲਾਏ ਚੰਦਨ ਦਾ ਜ਼ਰੂਰੀ ਨਹੀਂ ਤੂੰ ਇਤਰ ਹੀ ਵਰਤੇ, ਉਹ ਤੇਰੇ ਸਿਵੇ ਦੀ ਲੱਕੜ ਵੀ ਬਣ ਸਕਦਾ, ਕਦੇ ਇੱਕ ਬੀਜ ਜੋ ਤੂੰ ਸੀ ਚਲਾ ਕੇ ਮਾਰਿਆ ਉਹ ਇੱਕ ਦਿਨ ਲਹਿ ਦਾ ਦਰਖਤ ਵੀ ਬਣ ਸਕਦਾ, ਤੂੰ ਹੌਸਲਾ ਨਾ ਹਾਰੀ ਵੇਖੀ ਰੰਗ ਕਰਤਾਰ ਦੇ, ਕੋਬਰੇ ਦਾ ਜ਼ਹਿਰ ਦਵਾਈ ਵੀ ਬਣ ਸਕਦਾ, ਜ਼ਿੰਦਗੀ 'ਚ ਕੁਝ ਵੀ ਹੋ ਸਕਦਾ, ਕਿਆ ਬਾਤ ਹੈ, ਜ਼ਿੰਦਗੀ 'ਚ ਕੁਝ ਵੀ ਹੋ, ਸਾਰਾ ਕੁਝ ਹੀ ਆ ਗਿਆ ਜੀ ਤੁਹਾਡੀਆਂ ਗੱਲਾਂ ਦੇ ਵਿੱਚ, ਸਾਰਾ ਕੁਝ ਹੀ ਆ ਗਿਆ। ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ, ਤੁਹਾਡਾ ਬੜਾ ਧੰਨਵਾਦ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਸਵਾਗਤ ਹੈ ਜੀ, ਮੇਰੇ ਸਵਾਗਤ ਲਈ ਧੰਨਵਾਦ, ਤੇ ਤੁਹਾਡਾ ਵੀ, ਤੇ ਰੇਡੀਓ ਤੁਹਾਡੇ ਸਾਰੇ ਸਰੋਤਿਆਂ, ਜਸ ਪੰਜਾਬੀ ਦੇ ਜਿਹੜੇ ਸਰੋਤਿਆਂ ਦਾ, ਤੇ ਜਿਹੜਾ ਇਸ ਵਕਤ ਜਿਹਨਾਂ ਨੂੰ ਮੇਰੇ ਵਿਹੜੇ ਜਿਹੜੇ ਪਹਿਲੇ ਲੈ ਕੇ ਆਏ ਸੀ ਜੀ ਅੰਜਾਨ ਸਾਹਿਬ ਨੂੰ ਜੀ, ਉਹਨਾਂ ਦੇ ਜਲਵੇ, ਵਾਹ ਜੀ ਵਾਹ, ਤੇ ਜਿਹੜਾ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਰੋਨਾ ਵਾਇਰਸ ਦਾ ਜਿਹੜਾ ਜਲਵਾ ਹੈ ਨਾ, ਇਹ ਸਾਨੂੰ, ਮੈਨੂੰ 70+ ਦਾ ਬੁੱਢਾ, ਤੇ ਉਹਨੇ ਸਾਨੂੰ ਡਿਪਰੈਸ਼ਨ ਤੇ ਰਿਸੈਸ਼ਨ ਤੇ ਜਿਹੜਾ ਆ ਰਿਹਾ ਉਹਦੇ ਵਾਸਤੇ, ਤੇ ਉਹ ਧੰਨਵਾਦ ਕਰਨਾ ਚਾਹੁੰਦਾ ਸਾਨੂੰ, ਮੈਨੂੰ ਉਹਦੇ ਚ ਬਾਹਰ ਕੱਢਿਆ ਜੀ। ਬਿਲਕੁਲ ਬਿਲਕੁਲ, ਬਾਕੀ ਕੁਦਰਤ ਦੇ ਹੱਥ ਵਸ ਹੁੰਦਾ ਜੀ, ਪਰ ਇੱਕ ਵੇਲਾ ਤਾਂ ਐਸਾ ਫਿਲਹਾਲ ਆਇਆ ਹੋਇਆ ਕਿ ਚਾਰੇ ਪਾਸੇ ਹਾਹਾਕਾਰ ਜੀ ਮਚੀ ਹੈ। ਸਾਡੇ ਇੱਥੇ ਇੱਕ ਰੈਸਟੋਰੈਂਟ ਦੇ ਮਾਲਕ ਨੇ ਦੋਸਤ, ਮੈਂ ਉਹਨਾਂ ਦੀ ਐਡ ਸ਼ੂਟ ਕਰਨੀ ਸੀ ਵੀ, ਉਹ ਕਹਿੰਦੇ ਜੀ ਭਾਅ ਜੀ ਐਡ ਕਾਹਦੀ ਸ਼ੂਟ ਕਰੀਏ, ਸਾਨੂੰ ਤਾਂ ਆਟਾ ਹੀ ਨਹੀਂ ਮਿਲਦਾ ਕਿਤੇ ਲੋਕਾਂ ਨੂੰ ਖਵਾਉਣ ਲਈ, ਮਤਲਬ ਇਹ ਹਾਲ ਹੋਇਆ ਹੋਇਆ ਸਾਰੇ। ਬਸ ਇਹੋ ਹੀ ਗੱਲ ਹੈ ਨਾ ਕਿ ਜੇ ਉਹ 15 ਦਿਨ ਦਾ ਰਾਸ਼ਨ ਇਕੱਠਾ ਕਰ ਲਓ, ਉਹ ਜਿੰਨੇ ਬੰਦੇ ਨੇ ਇਕੱਠਾ ਕਰ ਲਿਆ, ਇੱਕ ਬੰਦਾ ਕਹਿਣ ਲੱਗਾ ਜੀ ਇਹ ਤੁਹਾਡੇ ਇਸ ਤੇ ਟੀਵੀ ਸ਼ੋਅ ਤੇ, ਉਹ ਕਹਿੰਦਾ ਜੀ ਮੈਂ ਤੇ 10 ਕਰੇਟ ਲੈ ਆਇਆ ਵਾਂ ਜੀ, ਵਿਸਕੀ ਦੇ ਲੈ ਆਇਆ ਵਾਂ, ਤਾਂ ਕਿ ਮੈਂ ਆਰਾਮ ਨਾਲ ਰਹਿ ਸਕਾਂ ਜੇ ਨੌਕਰੀ ਚਲੀ ਗਈ, ਤੇ ਉਹਦੇ ਵਿੱਚ ਉਹ ਨਹੀਂ ਕੱਢਣੀ ਜੀ, ਅਨਇੰਪਲੋਇਮੈਂਟ ਖਾ ਲਾਂਗਾ। ਅੱਛਾ ਸਲਾਹ ਸਾਹਿਬ, ਮੈਂ ਜਿਹੜੀ ਇੱਕ ਵਿਸ਼ਾ ਛੋਟਾ ਜਿਹਾ ਲਿਆ ਸੀ ਵੀ, ਅੱਜ ਕੱਲ੍ਹ ਟ੍ਰੈਂਡ ਇਹ ਚੱਲ ਪਿਆ ਕਿ ਬੱਚੇ ਮਿੰਟ ਲਾਉਂਦੇ ਨੇ ਮਾਂ ਬਾਪ ਦੇ ਖਿਲਾਫ ਵੀ ਫੋਨ ਕਰਨ ਨੂੰ, ਤੇ ਇਹ ਇਹ ਹੈਗਾ ਟ੍ਰੈਂਡ, ਰੁਝਾਨ ਹੈਗਾ ਜਾਂ ਇਹਦਾ ਹੱਲ ਕੀ ਲੱਗਦਾ ਤੁਹਾਨੂੰ? ਮੈਂ ਪਹਿਲੇ ਤੇ ਮੈਂ ਇਸ ਤਰ੍ਹਾਂ ਦਾ ਰੁਝਾਨ ਇਹ ਹੈ ਕਿ ਜਿਹੜੇ ਬੱਚੇ ਨੇ ਨਾ ਜੀ, ਇਹ ਅਮੈਰੀਕਨ ਕੈਨੇਡੀਅਨ ਦੇ ਬਾਦਸ਼ਾਹ ਨੇ, ਤੇ ਭਾਈ ਇਹ ਸਾਡੇ, ਅਸੀਂ ਇਹ ਸਾਡੇ ਬੱਚੇ ਜੀ, ਇਹ ਸਾਡੇ ਪਿਓ ਨੇ। ਮਤਲਬ ਕੀ ਕਰਨਾ ਚਾਹੀਦਾ ਮਾਂ ਪਿਓ ਨੂੰ ਐਸੀ ਹਾਲਤ ਦੇ ਵਿੱਚ?
ਜੀ ਕਰਨਾ ਕੀ ਚਾਹੀਦਾ ਹੈ ਜੀ ਕਿ ਜਿੰਨਾ ਇਹਨਾਂ ਕੋਲ ਬਚਿਆ ਜਾਵੇ, ਬੱਚਿਆਂ ਤੋਂ ਬਚਿਆ ਜਾਵੇ, ਬੱਚਿਆਂ ਤੋਂ ਬਚਿਆ ਜਾਵੇ। ਚਲੋ ਮਿਹਰਬਾਨੀ ਜੀ। ਸਾਡੀ ਜਿਹੜੀ ਜਿਹੜੀ ਮੇਰੀ ਤੁਸੀਂ ਮੈਨੂੰ ਗੱਲ ਜਿਹੜੀ ਮੇਰੀ ਜਨਰੇਸ਼ਨ ਹੈ ਨਾ, ਮੈਂ ਸੋਰੀ ਜਿਹੜੀ ਤੁਹਾਡਾ ਉੱਠ ਕੇ ਆ ਗਿਆ, ਉਹੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਸੀ ਨਾ, ਮੈਂ ਤੁਹਾਡਾ ਟੀਵੀ ਦਾ ਸ਼ੋਅ ਦੇਖ ਰਿਹਾ ਸਾ, ਉਹ ਬੱਚੇ ਸ਼ੋਅ ਨੀ, ਉਹਨਾਂ ਨੇ ਦੂਜਾ ਸ਼ੋਅ ਲਾ ਲਿਆ, ਤੇ ਮੈਂ ਜਸ ਪੰਜਾਬੀ ਨੂੰ ਕਹਾਂਗਾ ਕਿ ਭਾਈ ਕਿ ਜਿਹੜਾ ਕਮ ਸੇ ਕਮ ਜਦੋਂ ਅਸੀਂ ਕੋਨੇ ਜਾ ਕੇ ਬੈਠਦੇ ਹਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਟੀਵੀ ਦੀ, ਉਹ ਅਸੀਂ ਇਹਦੇ ਸੈੱਲਫੋਨ ਤੇ ਸੁਣ ਸਕੀਏ। ਟੈਕਨੋਲੋਜੀ ਇੰਨੀ ਐਡਵਾਂਸ ਕਰ ਰਹੀ ਹੈ। ਜੀ ਜੀ ਚਲੋ ਮਿਹਰਬਾਨੀ ਜੀ ਬਹੁਤ। ਬੱਚਿਆਂ ਨੂੰ ਨਾਲੇ ਨਾਲੇ ਬੱਚਿਆਂ ਨੂੰ ਇਹ ਸਮਝਾਓ ਕਿ ਭਾਈ ਦੱਸ, ਉਹ ਸਮਝਦੇ ਨੇ ਕਿ ਜੇ ਤੂੰ ਉਹਨੂੰ ਫੋਨ ਕਰ ਦਿੱਤਾ ਤੇਰੇ ਬਾਪੂ ਨੂੰ ਜਾਂ ਮਾਂ ਨੂੰ ਇਹਨੂੰ ਫੜ ਕੇ ਪੁਲਿਸ ਲੈ ਜਾਏਗੀ, ਦੈਨ ਵਟ ਵਿਲ ਯੂ ਡੂ? ਨਹੀਂ ਲੈ ਗਈ ਸੀ ਪੁਲਿਸ, ਉਹ ਇੰਗਲੈਂਡ ਦੀ ਚਲੋ ਸਟੋਰੀ ਹੈਗੀ, ਪਰ ਇੱਥੇ ਅਮਰੀਕਾ ਦੇ ਵਿੱਚ ਵੀ ਕਾਫੀ ਇਸ ਤਰ੍ਹਾਂ। ਚਲੋ ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੈਸੇ ਗੱਲ ਕਰਦੇ ਜੇ ਬੱਚਿਆਂ ਦੀ, ਤਾਂ ਬੱਚਿਆਂ ਤੋਂ ਇਹ ਕਹਿੰਦੇ ਬਚਿਆ ਜਾਵੇ, ਪਰ ਅਗਰ ਅਸੀਂ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਬੱਚੇ ਕਹਿੰਦੇ ਸੀ ਵੀ ਭਗਵਾਨ ਦਾ ਰੂਪ ਹੁੰਦੇ ਆ, ਬੱਚੇ ਰੱਬ ਦਾ ਰੂਪ ਹੁੰਦੇ ਆ, ਅਤੇ ਇਸ ਕਰਕੇ ਬੱਚਿਆਂ ਦੀ ਹਰ ਮੰਗ ਜਿਹੜੀ ਪੂਰੀ ਕੀਤੀ ਜਾਂਦੀ ਸੀ ਕਿ ਨਾ ਅਸੀਂ ਰੱਬ ਨੂੰ ਨਾ ਕਰ ਸਕਦੇ ਹਾਂ ਅਤੇ ਨਾ ਫਿਰ ਬੱਚਿਆਂ ਨੂੰ ਹੀ ਕਰ ਸਕਦੇ ਸੀਗੇ, ਪਰ ਉਹਦੇ ਹਾਲਾਤ ਬਾਹਰਲੇ ਮੁਲਕਾਂ 'ਚ ਇਸ ਹੱਦ ਤੱਕ ਹੋ ਜਾਣਗੇ ਅਤੇ ਇਹ ਕਿਸੇ ਨੇ ਸੋਚਿਆ ਨਹੀਂ ਸੀ। ਇਹ ਖੈਰ ਰੁਝਾਨ ਇੰਨਾ ਵਧੀਆ ਨਹੀਂ ਹੈ, ਅਗਰ ਅਮਰੀਕਾ ਕੈਨੇਡਾ ਦੇ ਵਿੱਚ ਵੀ ਹੈ, ਇੰਗਲੈਂਡ ਦੇ ਵਿੱਚ ਕਿਤੇ ਵੀ ਪੰਜਾਬੀਆਂ ਨਾਲ ਕਿਤੇ ਵੀ ਰੁਝਾਨ ਹੈਗਾ, ਤਾਂ ਇਹ ਮਾੜਾ ਰੁਝਾਨ ਹੈਗਾ। ਥੋੜ੍ਹਾ ਜਿਹਾ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ, ਥੋੜ੍ਹਾ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਟੈਕਲ ਕਰਨਾ, ਅਤੇ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ। ਖਾਸ ਤੌਰ 'ਤੇ ਅਸੀਂ ਜਿਹੜੇ ਮੇਰੇ ਬਰਾਬਰ ਕਦੇ ਹੋਣਗੇ ਜਾਂ ਉਹ ਵੀ ਸਾਡੇ ਮੁੰਡਾ ਨਾਲ ਹੀ ਇਕੱਠੇ ਅਸੀਂ ਸ਼ੁਰੂ ਤੋਂ ਹੈਗੇ ਸੀਗੇ ਉੱਥੇ ਚੰਡੀਗੜ੍ਹ, ਅਤੇ ਉਹਦੀ ਵੀ ਗੱਲ ਕਰੀਏ ਤਾਂ ਬਹੁਤ ਮਿਹਨਤ ਤੋਂ ਬਾਅਦ ਇਸ ਮੁਕਾਮ ਤੱਕ ਪਹੁੰਚੇ ਹਾਂ। ਸੋ ਸਾਰਾ ਕੁਛ ਹੀ ਨਾਲ ਨਾਲ ਹੈ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕਿਵੇਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ, ਜ਼ਰੂਰ ਕਾਲ ਕਰੋ, ਦੇਖਦੇ ਰਹੋ ਜਸ ਪੰਜਾਬੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਗੱਲਬਾਤ ਚੱਲ ਰਹੀ ਹੈ ਬੱਚਿਆਂ ਦੀ, ਅੱਜ ਕੱਲ੍ਹ ਦੇ ਬੱਚਿਆਂ ਦੀ। ਵੈਸੇ ਅਸੀਂ ਅਕਸਰ ਗੱਲ ਕਰੀ ਦੀ ਵੀ ਸਾਰਾ ਕੁਛ ਇੱਕੋ ਜਿਹਾ ਨਹੀਂ ਹੁੰਦਾ, ਕੁਝ ਘਰਾਂ ਦੀ ਇਹ ਸਮੱਸਿਆ ਹੈਗੀ ਹੈ, ਪਰ ਜ਼ਿਕਰ ਕਰ ਲੈਣਾ ਚੰਗੀ ਗੱਲ ਹੈ। ਪਹਿਲੇ ਸਮਿਆਂ ਦੀ ਗੱਲ ਕਰੀ ਤਾਂ ਜਵਾਕਾਂ ਨੂੰ ਚੰਗਾ ਧਾਫੜ ਧੁਫੜ ਦਿੰਦੇ ਹੁੰਦੇ ਸੀਗੇ, ਔਰ ਤਾਂ ਹੀ ਸੂਤ ਆਉਂਦੇ ਸੀ, ਜਵਾਕ ਪੜ੍ਹਦੇ ਸੀਗੇ, ਔਰ ਇੱਕ ਘੂਰੀ ਜਿਹੜੀ ਹੁੰਦੀ ਸੀ, ਘੂਰੀ ਪਿਓ ਦੀ ਜਾਂ ਮਾਂ ਦੀ, ਉਹ ਬਹੁਤ ਵੱਡਾ ਕੰਮ ਕਰਦੀ ਸੀ। ਬੱਚਾ ਖੂੰਜੇ ਜਾ ਕੇ ਲੱਗ ਕੇ ਬਹਿ ਜਾਂਦਾ ਸੀ। ਸਮਾਂ ਬਦਲਿਆ, ਸਾਰਾ ਕੁਛ ਬਦਲਿਆ। ਅਸੀਂ ਇੱਕ ਕੈਸਟ ਦੇ ਵਿੱਚ ਵੀ ਕੀਤਾ ਸੀਗਾ ਗਾਣਾ, ਪਰ ਉਹਦੇ ਵਿੱਚ ਇੱਕ ਜੋਕ ਵੀ ਬਣਿਆ ਸੀਗਾ ਕਿ ਕਰਨਲ ਸਾਹਿਬ ਕਹਿੰਦੇ ਬਾਹਰਲੇ ਮੁਲਕ ਦੇ ਵਿੱਚ ਆ ਗਏ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ, ਅਤੇ ਹੁਣ ਕਰਨਲ ਸਾਹਿਬ ਡਿਸਿਪਲਿਨ ਦੇ ਪੂਰੇ ਪੱਕੇ, ਤਾਂ ਨਿਆਣੇ ਕਿਤੇ ਘਰ ਦੇ ਵਿੱਚ ਸ਼ਰਾਰਤਾਂ ਕਰਦੇ ਸੀ, ਅਤੇ ਕਰਨਲ ਸਾਹਿਬ ਨੇ ਪਹਿਲਾਂ ਰੋਕਿਆ, ਨਹੀਂ ਰੋਕਿਆ ਤਾਂ ਮੁੜ ਕੇ ਉਹਨਾਂ ਦੇ ਕੰਨਾਂ 'ਤੇ ਦੋ ਦੋ ਲਾਤੀਆਂ। ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਅੰਦਰ ਕਰਨਲ ਸਾਹਿਬ ਨੇ ਰਾਤ ਥਾਣੇ ਕੱਢੀ, ਅਗਲੇ ਦਿਨ ਉਹਨੂੰ ਛੁਡਾ ਕੇ ਲਿਆਏ ਉਹਦੇ ਬੱਚਿਆਂ ਦੇ ਮਾਂ ਪਿਓ ਜਿਹੜੇ, ਨਾਲੇ ਸੌਰੀ ਮੰਗੀ। ਅੱਛਾ, ਦੂਜੀ ਗੱਲ ਇੱਕ ਜਿਹੜੀ ਵਿੱਚ ਹੋਰ ਹੈ, ਥਾਣੇ ਤੋਂ ਆਉਣ ਤੋਂ ਬਾਅਦ ਇਹ ਬੰਦੇ ਨੇ ਵੀ ਸੌਰੀ ਬੱਚਿਆਂ ਕੋਲ ਮੰਗੀ ਹੱਥ, ਵੀ ਮੈਂ ਸੌਰੀ, ਤਾਂ ਉਹ ਕਹਿੰਦੇ ਵੀ ਠੀਕ ਆ, ਓਕੇ ਆ। ਉਹਨੇ ਵੀ ਸੌਰੀ ਸੂਰੀ ਮੰਗੀ ਕਰਨਲ ਸਾਹਿਬ ਨੇ, ਤਾਂ ਗੱਲ ਦਿਲ 'ਚ ਰੱਖੀ। ਉਦੋਂ ਬਾਅਦ ਉਹ ਕਹਿੰਦੇ ਵੀ ਇੰਡੀਆ ਜਾਣਾ, ਮੈਂ ਸੁੱਖ ਸੁੱਖੀ ਹੋਈ ਹੈ ਇੱਕ, ਵੀ ਸਾਰਿਆਂ ਨੇ ਉੱਥੇ ਆਪਾਂ ਜਾਣਾ, ਨਿਆਣਿਆਂ ਨੇ ਵੀ ਨਾਲ ਜਾਣਾ। ਪਹਿਲਾਂ ਨਿਆਣੇ ਨਾ ਨੁਕਰ ਕੀਤੀ, ਉਹ ਕਹਿੰਦੇ ਨਹੀਂ ਮੇਰੀ ਸੁੱਖ ਪੂਰੀ ਨਹੀਂ ਹੋਣੀ, ਇੰਡੀਆ ਜਾਣਾ। ਇੰਡੀਆ ਗਏ ਜਦੋਂ ਦਿੱਲੀ ਏਅਰਪੋਰਟ 'ਤੇ ਉੱਤਰ ਕੇ, ਅਤੇ ਬਾਹਰ ਨਿਕਲਦਿਆਂ ਸਾਰ ਉਹਨਾਂ ਨੇ ਜਵਾਕ ਫੜ ਲਿਆ ਕਰਨਲ ਸਾਹਿਬ ਨੇ, ਆਪਣਾ ਪੋਤਾ, ਅਤੇ ਜਾਓ ਦੇ ਇੱਧਰ ਜਿੱਥੇ ਪੈਂਦੀ ਲੈ, ਕਹਿੰਦੇ ਹੁਣ ਬੁਲਾ ਪੁਲਿਸ, ਤੈਨੂੰ ਮੈਂ ਦੱਸਾਂ, ਪੁਲਿਸ ਨੂੰ ਬੁਲਾਏਗਾ, ਪੁਲਿਸ ਨੂੰ 50 ਰੁਪਏ ਮੈਂ ਦੇਣੇ, ਉਹਨੇ ਵੀ ਤੈਨੂੰ ਕੁੱਟਣ ਲੱਗ ਪੈਣਾ। ਪਰ ਕਹਿੰਦੇ ਜਾਓ ਜੀ, ਮੇਰੀ ਆਹੀ ਸੁੱਖਣਾ ਸੀ, ਹੁਣ ਤੁਸੀਂ ਵਾਪਸ ਜਾਣਾ, ਵਾਪਸ ਚੱਲ ਜਾਓ, ਪੰਜਾਬ ਜਾਣਾ, ਪੰਜਾਬ ਚੱਲ ਜਾਓ। ਸੋ ਇਹ ਚਲੋ ਜੋਕ ਵਾਲੀਆਂ ਗੱਲਾਂ, ਪਰ ਇੱਧਰਲੇ ਮੁਲਕਾਂ ਦੇ ਵਿੱਚ ਇਹ ਚੀਜ਼ ਆਮ ਹੋ ਗਈ ਹੈ। ਬਜ਼ੁਰਗ ਤਾਂ ਵਿਚਾਰੇ ਡਰਦੇ, ਦੂਰ ਹੀ ਰਹਿੰਦੇ ਆ, ਵੀ ਜੇ ਸਾਰੀ ਉਮਰ 35 ਸਾਲ ਪਿੰਡ ਸਰਪੰਚੀ ਕੀਤੀ ਸਰਬਸੰਮਤੀ ਨਾਲ, ਇੱਥੇ ਮਾੜੇ ਜਿਹਾ ਕੁਛ ਜਵਾਕ ਨੂੰ ਕਹਿ ਦਿੱਤਾ ਅਤੇ ਸਾਰੀ ਰਾਤ ਅੰਦਰ ਕੱਟਣੀ ਪੈਣੀ ਹੈ। ਕਾਲਾਂ ਲੈਂਦੇ ਤੁਹਾਡੀਆਂ। ਹੈਲੋ, ਹੈਲੋ ਜੀ, ਜੀ ਜੀ ਸਰਦਾਰ ਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਜਗੀਰ ਸਾਹਿਬ, ਜਿਹੜਾ ਤੁਹਾਡਾ ਅੱਜ ਦਾ ਵਿਸ਼ਾ ਹੈਗਾ, ਠੀਕ ਹੈ ਜੀ, ਉਹ ਇਹ ਹੈ ਵੀ ਹਰ ਮੁਲਕ ਦਾ ਕਾਨੂੰਨ ਹੈ। ਅੱਛਾ ਜੀ, ਅਸੀਂ ਵੀ ਇੱਥੇ ਐਕਟ ਕਾਨੂੰਨ ਦੀ ਵਰਤੋਂ ਕਰਦੇ ਹਾਂ ਨਾ, ਅਸੀਂ ਕਾਨੂੰਨ ਦੇ ਮੁਤਾਬਕ ਹੀ ਚੱਲਦੇ ਹਾਂ, ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ ਜੀ। ਬਿਲਕੁਲ ਬਿਲਕੁਲ, ਕਿੰਨੀ ਕਿੰਨੀਆਂ ਟ੍ਰੈਫਿਕ ਲਾਈਟਾਂ ਤੇ ਪੁਲਿਸ ਵਾਲੇ ਖੜੇ ਆ, ਕਿੰਨੇ ਕਿੰਨੇ ਖੜੇ ਪਏ ਵੀ ਅਸੀਂ ਕਰਦੇ ਹਾਂ ਨਾ। ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਜਦੋਂ ਬੱਚਾ ਇੱਥੇ ਛੋਟਾ ਹੀ ਹੁੰਦਾ ਨਾ, ਜਦੋਂ ਸਕੂਲ 'ਚ ਪੜ੍ਹਨ ਵੀ ਜਾਂਦਾ ਆ, ਪਹਿਲੋਂ ਉਹਨੂੰ ਇਹੀ ਪੜ੍ਹਾਇਆ ਜਾਂਦਾ, ਇੱਕ 911 ਦਾ ਨੰਬਰ ਪੜ੍ਹਾਇਆ ਜਾਂਦਾ, ਤੈਨੂੰ ਕੋਈ ਕਿਸੇ ਕੋਲੋਂ ਪ੍ਰੋਬਲਮ ਹੋਵੇ ਨਾ, ਤੂੰ ਡਰਨਾ ਨਹੀਂ, ਨਾ ਪੇ ਤੋਂ, ਨਾ ਮਾਂ ਤੋਂ, ਨਾ ਕਿਸੇ ਵੱਡੇ ਛੋਟੇ ਤੋਂ, ਤੂੰ 911 ਨੂੰ ਕਾਲ ਕਰ ਲੈਣਾ ਜੀ। ਇਹ ਉਹਨਾਂ ਦੇ ਮਨ ਚ ਬਿਠਾਲ ਦਿੰਦੇ ਆ, ਠੀਕ ਨਹੀਂ, ਤੇ ਇਸ ਕਰਕੇ ਬੱਚਾ ਉਸ ਉਹਦੇ ਮੁਤਾਬਕ ਚੱਲਦਾ। ਬਾਕੀ ਜਿਹੜੀ ਤੂੰ ਗੱਲ ਆਪਣੇ ਆਪਣੀ ਸੋਸਾਇਟੀ ਵੀ ਕੀਤੀ, ਅਸੀਂ ਬਹੁਤ ਸਮਾਂ ਦਿੰਦੇ ਨੀ ਬੱਚਿਆਂ ਨੂੰ ਪਹਿਲੋਂ। ਅੱਛਾ ਜੀ,
ਅਸੀਂ ਬਹੁਤ ਸਮਾਂ ਦਿੰਦੇ ਹੀ ਨੀ ਗੇ, ਅਸੀਂ ਇਹੀ ਕਹਿੰਦੇ ਹਾਂ ਵੀ ਲਓ ਜੀ ਅਸੀਂ ਖਰਚਾ ਕਰੀ ਜਾਂਦੇ ਹਾਂ, ਇਹਨਾਂ ਪੜ੍ਹਾਈਆਂ ਤੇ ਲਾਈ ਜਾਂਦੇ ਹਾਂ, ਅਸੀਂ ਬਾਕੀ ਉਹਨਾਂ ਨੂੰ ਮੇਲ ਜੋਲ ਰੱਖਦੇ ਹੀ ਨੀ ਗੇ ਜੀ। ਬੱਚੇ ਪੜ੍ਹ ਕੇ ਆਏ ਆ, ਕਮਰਿਆਂ 'ਚ ਵੜ ਗਏ, ਸੌਂ ਗਏ, ਪੜ੍ਹਨ ਚਲੇ ਗਏ, ਬਸ ਇੰਨਾ ਹੀ ਅਸੀਂ ਰੱਖਦੇ ਹਾਂ। ਮਿਨੀਮਮ ਤੁਸੀਂ ਡਿਨਰ ਦੇ ਨਾਲ ਕਰੋ ਨਾ ਐਵਰੀ ਡੇ, ਜਿਵੇਂ ਸਾਡੇ ਘਰ ਤੱਕ ਰਹੂ ਰਿਹਾ। ਬਿਲਕੁਲ ਜੀ ਬਿਲਕੁਲ, ਸਾਡੇ ਬੱਚੇ ਹੁਣ ਤਾਂ ਵੀ ਚੌਥੀ ਪੀੜ੍ਹੀ ਮਜਾਲਿਆ ਪਿਆਰ ਹੋ ਜਾਣ। ਬੱਚੇ ਨਾਲ ਰੋਜ਼ ਡਿਸਕਸ ਕਰੋ ਜੀ, ਉਹ ਕੀ ਸਿੱਖ ਕੇ ਆਇਆ ਤੇ ਤੁਸੀਂ ਉਹਨੂੰ ਕੀ ਕੀ ਕੁਛ ਆਪਣਾ ਸਿਖਾਉਣਾ ਜੀ, ਉਹਨਾਂ ਡਿਸਕਸ ਕਰ ਲਓ। ਉਹ ਜੇ ਤੁਹਾਨੂੰ ਕੋਈ ਇੱਥੇ ਕਰਦਾ, ਤੁਸੀਂ ਆਪਣਾ ਉਹਨੂੰ ਸਮਝਾਓਗੇ ਤਾਂ ਹੀ ਸਮਝੂਗਾ ਨਾ ਜੀ 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 ਬਿਲਕੁਲ। ਜੇ ਤੁਸੀਂ ਪਹਿਲਾਂ ਸਮਝਾਓਗੇ ਕੁਛ ਨਾ, ਤੇ ਫਿਰ ਉਹ ਤੇ ਜੋ ਬਾਹਰੋਂ ਸਿੱਖ ਕੇ ਆਇਆ ਸੁਸਾਇਟੀ ਉਹੀ ਕਰਨਾ ਉਹਨੇ। ਹੁਣ ਇਹਨਾਂ ਮੁਲਕਾਂ ਚ 18 ਸਾਲ ਦਾ ਬੱਚਾ ਹੋ ਜਾ, ਧੀ ਹੋ ਜਾ, ਪੋਤਾ ਜਾ, ਪੁੱਛਦਾ ਮਾਂ ਪਿਓ ਨੂੰ, ਪੁੱਛਦਾ ਉਹਨੂੰ ਕਿ ਜਾਂ ਮਾਂ ਪਿਓ ਕਰਦਾ ਉਹਨਾਂ ਦੀ ਗੋ ਨਹੀਂ ਨਾ ਕਰਦਾ ਨਹੀਂ ਜੀ ਨਹੀਂ, ਤੇ ਉਸੇ ਸੁਸਾਇਟੀ ਚ ਬੱਚੇ ਸਾਡੇ ਪਲੇ ਹੋਏ ਆ। ਇਸ ਕਰਕੇ ਸਾਨੂੰ ਮੇਨ ਇਹ ਨਹੀਂ ਕਿ ਅਸੀਂ ਬਹੁਤ ਪੈਸਾ ਖਰਚ ਕਰਤਾ ਤੇ ਬੱਚੇ ਤੇ ਅਸੀਂ ਆਸਾਨ ਕਰਤਾ, ਉਹ ਨਹੀਂ ਗੱਲ ਹੈਗੀ ਜੀ। ਮਿਹਰਬਾਨੀ, ਸਾਨੂੰ ਉਹਨਾਂ ਰੋਜ਼ ਡਿਸਕਸ ਕਰਨੀ ਚਾਹੀਦੀ, ਉਹਨਾਂ ਰੋਜ਼ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਜੀ, ਆਪਣਾ 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 ਸਮਝਾਉਣਾ ਚਾਹੀਦਾ ਕਲਚਰ, ਫਿਰ ਬੱਚਾ ਟਿਕਾਣੇ। ਤੁਸੀਂ ਜ਼ੋਰ ਪਾ ਕੇ ਨਹੀਂ, ਹੁਣ ਇੱਥੇ ਨਾ ਤਾਂ ਸੀਨੀਅਰ ਜਿਹੜੇ ਹੈਗੇ ਆ ਉਹ ਡਿਪੈਂਡੈਂਟ ਆ ਬੱਚਿਆਂ ਤੇ, ਤੇ ਨਾ ਹੀ ਬੱਚੇ ਡਿਪੈਂਡੈਂਟ ਆ ਜੀ। ਮਿਹਰਬਾਨੀ ਤੁਹਾਡੀ ਬਹੁਤ ਜੀ, ਬਹੁਤ ਮਿਹਰਬਾਨੀ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਇਹ ਅਸੀਂ ਢਿੱਲ ਦਿੰਦੇ ਹਾਂ ਪਹਿਲਾਂ, ਮਗਰੋਂ ਫਿਰ ਅਸੀਂ ਪਛਤਾਉਂਦੇ ਹਾਂ, ਜੋ ਮਰਜ਼ੀ ਕਰ ਲਓ ਉਹ ਬਣ ਜਾਂਦਾ। ਬਿਲਕੁਲ, ਐਵਰੀ ਡੇ ਬੱਚੇ ਨਾਲ ਡਿਸਕਸ ਕਰੋ, ਫਿਰ ਬੱਚਾ ਟਿਕਾਣੇ ਰਹਿ ਜਾਂਦਾ, ਸਾਡਾ ਪਰਿਵਾਰ ਚੱਲੀ ਜਾਂਦਾ। ਮਿਹਰਬਾਨੀ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ, ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਅਸਲ ਦੇ ਵਿੱਚ ਜਿਹੜਾ ਕਾਨੂੰਨ ਇੱਧਰਲਾ ਬਣਿਆ ਉਹ ਇੱਧਰਲੇ ਬੱਚਿਆਂ ਦੇ ਹਿਸਾਬ ਨਾਲ ਬਣਿਆ, ਇੱਧਰਲੇ ਮੁਲਕਾਂ ਦੇ ਮਾਹੌਲ ਦੇ ਹਿਸਾਬ ਨਾਲ ਬਣਿਆ। ਆਪਣੇ ਉਹ ਮਾਹੌਲ ਨਹੀਂ ਸੀ, ਪਰ ਜਦੋਂ ਇਹ ਹੁਣ ਸਾਨੂੰ ਔਖਾ ਲੱਗਦਾ, ਇੱਧਰਲੇ ਲੋਕਾਂ ਨੂੰ ਸ਼ਾਇਦ ਕੋਈ ਆਮ ਰੂਟੀਨ ਦੀ ਗੱਲ ਲੱਗਦੀ ਹੋਵੇ, ਪਰ ਸਾਡੇ ਕਲਚਰ ਦੀ ਅਗਰ ਗੱਲ ਕਰੀਏ, ਅਸੀਂ ਪੁਰਾਣੇ ਸਤਿਕਾਰ ਦੀ ਗੱਲ ਕਰੀਏ ਜਾਂ ਸੱਭਿਆਚਾਰ ਦੀ ਗੱਲ ਕਰੀਏ, ਉਹਦੇ 'ਚ ਇਹ ਚੀਜ਼ਾਂ ਨਹੀਂ ਆਉਂਦੀਆਂ। ਸਾਨੂੰ ਸ਼ਾਇਦ ਨਹੀਂ ਵਾਹ ਪਿਆ ਕਰਕੇ ਸਾਨੂੰ ਇਹੋ ਜਿਹੀ ਗੱਲਬਾਤ ਜਾਂ ਇਹੋ ਜਿਹੀ ਕੋਈ ਵੀ ਕਿਤੇ ਵਾਪਰੀ ਘਟਨਾ ਬਹੁਤ ਅਜੀਬ ਲੱਗਦੀ ਹੈ, ਪਰ ਇੱਧਰਲੇ ਲੋਕਾਂ ਨੂੰ ਹੋ ਸਕਦਾ ਇਹ ਅਜੀਬ ਨਾ ਲੱਗਦੀ ਹੋਵੇ, ਰੂਟੀਨ ਦੀ ਗੱਲ ਲੱਗਦੀ ਹੋਵੇ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਸਮਾਂ ਨਹੀਂ ਹੈ ਅੱਗੇ ਕਾਲਾਂ ਲੈਣ ਦਾ, ਮੈਂ ਹੱਥ ਬੰਨ ਕੇ ਮੁਆਫੀ ਚਾਹੁੰਦਾ ਸਾਰੇ ਕਾਲਾਂ ਕੋਲ, ਪਰ ਮੁੱਖ ਦੀ ਗੱਲ ਮੈਂ ਇਹ ਕਰਨੀ ਚਾਹੁੰਦਾ, ਮਾਂ ਬਾਪ ਜਾਂ ਬੱਚੇ ਇੱਕ ਦੂਜੇ ਨੂੰ ਪਿਆਰ ਨਾ ਕਰਨ ਤਾਂ ਵੀ ਚਲੋ ਸਰਜੂ ਇਸ ਹੱਦ ਤੱਕ ਤਾਂ ਠੀਕ ਹੈ ਕੰਮ, ਜਦੋਂ ਬੱਚੇ ਮਾਂ ਬਾਪ ਨੂੰ ਜਾਂ ਮਾਂ ਬਾਪ ਬੱਚੇ ਨੂੰ ਨਫ਼ਰਤ ਕਰਨ ਤੱਕ ਦੀ ਹੱਦ ਆ ਜਾਏ, ਉਹ ਬਹੁਤ ਖਤਰਨਾਕ ਹੈ, ਤਾਂ ਉਹ ਸੋਚਣ ਵਾਲੀ ਗੱਲ ਹੈ। ਇੱਕ ਬੜੀ ਦੁਖਦਾਈ ਮੈਨੂੰ ਦੱਸੀ ਗੱਲ, ਮੈਂ ਹੁਣ ਦੱਸ ਨਹੀਂ ਸਕਦਾ, ਸਮਾਂ ਨਹੀਂ ਹੈ, ਫਿਰ ਕਦੇ ਗੱਲਬਾਤ ਹੋਈ ਜ਼ਰੂਰ ਦੱਸਾਂਗੇ, ਵੀ ਕਿਸ ਹੱਦ ਤੱਕ ਬਾਪ ਆਪਣੇ 22 ਸਾਲ ਦੇ ਮੁੰਡੇ ਨੂੰ ਨਫ਼ਰਤ ਕਰਦਾ ਸੀਗਾ ਕਿ ਉਹਦੀ ਡੈੱਥ ਹੋਣ ਤੋਂ ਬਾਅਦ ਵੀ ਉਹਦਾ ਜਿਹੜਾ ਬਕਸਾ ਹੁੰਦਾ ਡੈੱਡ ਬੋਡੀ ਵਾਲਾ, ਜ਼ੋਰ ਨਾਲ ਮਾਰ ਕੇ ਅਤੇ ਉਹਨੂੰ ਇਹ ਕਹਿ ਕੇ ਚੱਲ ਗਿਆ ਵੀ ਤੂੰ ਸਾਨੂੰ ਸਾਰੀ ਉਮਰ ਦੁਖੀ ਹੋ ਕੀਤਾ ਅਤੇ ਹੁਣ ਵੀ ਆਪਣੀ ਮਾਂ ਨੂੰ ਰਵਾ ਰਿਹਾ। ਇਹ ਵੀ ਸੱਚੀ ਗੱਲ ਹੈਗੀ ਹੈ, ਜਦੋਂ ਇਸ ਹੱਦ ਤੱਕ ਗੱਲ ਪਹੁੰਚ ਜਾਂਦੀ ਹੈ ਤਾਂ ਬਹੁਤ ਸੋਚਣ ਦੀ ਲੋੜ ਹੈ ਕਿ ਬੱਚੇ ਮਾਂ ਬਾਪ ਨੂੰ ਨਫ਼ਰਤ ਕਰਦੇ ਨੇ ਤਾਂ ਕਿਉਂ ਕਰਦੇ ਨੇ, ਮਾਂ ਬਾਪ ਅਗਰ ਬੱਚੇ ਨੂੰ ਨਫ਼ਰਤ ਕਰਦੇ ਨੇ ਤਾਂ ਕਿਉਂ ਕਰਦੇ ਨੇ। ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਊ, ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਵਟਸਐਪ ਦਾ ਨੰਬਰ ਹੈਗਾ, ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਕਿਤੇ ਵੀ ਸੰਪਰਕ ਕਰਕੇ ਕੋਈ ਗੱਲਬਾਤ ਹੋਵੇ, ਕੋਈ ਖਬਰਸਾਰ ਹੋਵੇ ਤਾਂ ਸਾਂਝੀ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।